ਧਿਆਨ ਕਰਦੇ ਸਵੇਰੇ 3 ਵਜੇ ਹੁਣ 4 ਵਜੇ ਹੁੰਦੇ ਤੋਂ ਤੁਹਾਡਾ ਜਿਹੜਾ ਧਿਆਨ ਹੈ ਤੁਹਾਨੂੰ ਬੁਰਾ ਲੱਗਦਾ ਹੈਗਾ ਕਿ ਅਸੀਂ ਕੀ ਦੇਖ ਰਹੇ ਹੈਗੇ ਆ ਪਰ ਸਿਰਫ ਗੈਟ ਪੰਜਾਬੀ ਟੀਵੀ ਤੇ ਤੁਸੀਂ ਹੁਣ ਤੱਕ ਵੇਖਦੇ ਰਹੇ ਗੁਰੂ ਦੇ ਨਾਲ ਜੁੜਦੇ ਰਹੇ ਗੁਰਬਾਣੀ ਦਾ ਤੁਸੀਂ ਆਨੰਦ ਮਾਣਿਆ ਤੁਸੀਂ ਰਿਚਮੰਡ ਹਿੱਲ ਗੁਰੂ ਘਰ ਤੋਂ ਸਿੱਧਾ ਪ੍ਰਸਾਰਣ ਗੁਰਬਾਣੀ ਦਾ ਸਵੇਰੇ ਅਤੇ ਸ਼ਾਮ ਵੇਖਿਆ ਇਸ ਦੇ ਨਾਲ ਸ਼ਹਿਰੀ ਜੀ ਜਿਹੜੀ ਕਥਾ ਹੁੰਦੀ ਹੈ ਵੀ ਮੈਂ ਜਦੋਂ ਉੱਡਦੀ ਆ ਉੱਡੇ ਸਾਰ ਮੈਂ ਜਦੋਂ ਟੀਵੀ ਲਗਾਨੀ ਆ ਕੰਮ ਤੇ ਚਲੋ ਇੰਨਾ ਟਾਈਮ ਤੇ ਨਹੀਂ ਹੁੰਦਾ ਕਿ ਬੈਠ ਕੇ ਸੁਣੀਏ ਕਥਾ ਪਰ ਕੰਨਾਂ ਵਿੱਚ ਜ਼ਰੂਰ ਕੋਈ ਨਾ ਕੋਈ ਸੂ ਵਿਚਾਰ ਜਿਹੜੀ ਕਥਾ ਪੜੀ ਜਾਂਦੀ ਹੈਗੀ ਹੈ ਕੰਨਾਂ 'ਚ ਕੁਝ ਚੰਗੇ ਵਿਚਾਰ ਜਦੋਂ ਪੈਂਦੇ ਨੇ ਤੇ ਮੈਨੂੰ ਲੱਗਦਾ ਦਿਨ ਤੇ ਆਪਣੇ ਆਪ ਬੜਾ ਵਧੀਆ ਲੰਘ ਜਾਂਦਾ ਉਸ ਦੇ ਨਾਲ ਹੀ ਬਿਲਕੁਲ ਠੀਕ ਰੇਤ ਸਿਰਫ ਗੈਟ ਪੰਜਾਬੀ ਟੀਵੀ ਦੇ ਵੱਲੋਂ ਇਹ ਸਾਰੀਆਂ ਕੋਸ਼ਿਸ਼ਾਂ ਜੋ 2013 2012 ਤੋਂ ਲੈ ਕੇ 2013 ਤੱਕ ਕੀਤੀਆਂ ਗਈਆਂ ਉਹਨਾਂ ਕੋਸ਼ਿਸ਼ਾਂ ਨੂੰ ਅੱਗੇ ਆਉਣ ਵਾਲੇ ਸਾਲਾਂ ਦੇ ਵਿੱਚ ਕਰਦੇ ਰਵਾਂਗੇ ਭਾਵੇਂ ਤੁਸੀਂ ਛੋਟਾ ਬਿਜ਼ਨਸ ਚਲਾ ਰਹੇ ਹੋ ਭਾਵੇਂ ਤੁਸੀਂ ਕੋਈ ਵੱਡਾ ਇਵੈਂਟ ਕਰਨਾ ਚਾਹੁੰਦੇ ਹੋ ਤੁਸੀਂ ਗੈਟ ਪੰਜਾਬੀ ਟੀਵੀ ਨੂੰ ਕੰਟੈਕਟ ਕਰ ਸਕਦੇ ਹੋ ਕਿਉਂਕਿ ਜੇ ਹੁਣ ਤੱਕ ਇੱਕ ਪੈਸੇ ਨੂੰ ਨਹੀਂ ਨਜ਼ਰ ਵਿੱਚ ਰੱਖਿਆ ਇੱਕ ਸੋਚ ਨੂੰ ਨਜ਼ਰ ਵਿੱਚ ਰੱਖਿਆ ਕਿ ਜੋ ਯੂਥ ਹੈ ਜੋ ਆਉਣ ਵਾਲੀ ਪੀੜ੍ਹੀ ਹੈਗੀ ਆ ਜੋ ਸਾਡੇ ਪੰਜਾਬੀ ਭੈਣ ਭਰਾ ਹੈਗੇ ਨੇ ਜੋ ਕਿਤੇ ਨਾ ਕਿਤੇ ਵਿਮੁੱਖ ਹੋ ਰਹੇ ਨੇ ਪੰਜਾਬੀਅਤ ਦੇ ਨਾਲ ਪੰਜਾਬੀ ਕਲਚਰ ਦੇ ਨਾਲ ਉਹਨਾਂ ਨੂੰ ਫਿਰ ਖਿੱਚ ਕੇ ਮੁੜ ਕੇ ਜੋੜਾਂਗੇ ਇਸ ਦਾ ਅਸੀਂ ਵਾਅਦਾ ਕਰਦੇ ਹਾਂ ਬਿਲਕੁਲ ਔਰ ਮੰਨਦੇ ਹਾਂ ਇਸ ਗੱਲ ਨੂੰ ਵੀ ਟਾਈਮ ਬਹੁਤ ਘੱਟ ਹੁੰਦਾ ਜ਼ਿੰਮੇਵਾਰੀਆਂ ਜ਼ਿਆਦਾ ਹੁੰਦੀਆਂ ਨੇ ਪਰ ਉਸ ਚੀਜ਼ ਨੂੰ ਅੱਗੇ ਕਿਨੇ ਲੈ ਕੇ ਆਣਾ ਹੈ ਉਹ ਵੀ ਤੇ ਸਾਡਾ ਹੀ ਫਰਜ਼ ਹੈ ਇੱਕ ਪੰਜਾਬੀ ਪੰਜਾਬੀ ਦੇ ਕੰਮ ਨਹੀਂ ਆਏਗਾ ਤੇ ਫਿਰ ਕੌਣ ਆਏਗਾ ਬਿਲਕੁਲ ਠੀਕ ਹੈ ਰੀਤ ਸੋ ਇਸ ਦੇ ਨਾਲ ਹੀ ਜੀ ਦਰਸ਼ਕਾਂ ਦੀ ਕਾਲਸ ਵੀ ਜ਼ਰੂਰ ਕਰਨੀਆਂ ਚਾਹੀਦੀਆਂ ਬਿਲਕੁਲ ਬਿਲਕੁਲ ਉਹਨਾਂ ਨੇ ਕਹਿਣਾ ਲਾਈਵ ਪ੍ਰੋਗਰਾਮ ਹੈ ਬਿਲਕੁਲ ਤੋਂ ਇੰਤਜ਼ਾਰ ਕਰ ਰਹੇ ਹਾਂ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਹੋ ਹਾਂਜੀ ਮੇਰਾ ਨਾਮ ਹੈਗਾ ਜੀ ਨਵੀ ਐਂਡ ਮੈਂ ਤੁਹਾਡਾ ਚੈਨਲ ਆਨ ਕੀਤਾ ਸੀਗਾ ਗੈਟ ਪੰਜਾਬੀ ਤੇ ਆਈ ਸੀਨ ਅ ਲਿਟਲ ਪ੍ਰਿੰਸਸ ਰਾਈਟ ਦੇਅਰ ਹੁਣ ਹੈ ਨਹੀਂ ਕਿ ਇੱਥੇ ਤੇ ਕਿੱਥੇ ਗਈ ਹੋ ਜੀ ਸਾਡੀ ਪ੍ਰਿੰਸਸ ਜਿਹੜੀ ਆ ਉਹ ਹੁਣ ਨਹੀਂ ਹੈਗੀ ਆ ਉਸ ਦੇ ਲਈ ਕੀ ਮੈਸੇਜ ਹੈ ਤੁਹਾਡਾ ਹਾਂਜੀ ਉਹਦੇ ਲਈ ਮੈਂ ਉਹਨੂੰ ਨਿਊ ਇਅਰ ਵਿਸ਼ ਕਰਨਾ ਚਾਹੁੰਦਾ ਹੈਪੀ 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 ਨਿਊ ਇਅਰ ਹੈਪੀ ਨਿਊ ਇਅਰ ਲਿਟਲ ਪ੍ਰਿੰਸਸ ਅਰਸ਼ਦੀਪ ਨੂੰ ਅਰਸ਼ਦੀਪ ਸੋ ਅਰਸ਼ਦੀਪ ਉਮੀਦ ਕਰਦੀ ਆ ਕਿ ਤੁਸੀਂ ਇਸ ਮੈਸੇਜ ਨੂੰ ਸੁਣ ਲਿੱਤਾ ਹੋਣਾ ਹੈ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਕੈਲੀਫੋਰਨੀਆ ਕੈਲੀਫੋਰਨੀਆ ਤੋਂ ਵਾਹ ਜੀ ਵਾਹ ਸੋ ਨਵੇਂ ਸਾਲ ਦੇ ਲਈ ਤੁਸੀਂ ਕੁਝ ਪਲਾਨ ਕੀਤਾ ਹੈਗਾ ਆਈ ਹੋਪ ਕਿ ਨਵੇਂ ਸਾਲ ਵਿੱਚ ਰੱਬ ਦਾ ਨਾਮ ਜ਼ਿਆਦਾ ਲੈਣਾਗੇ ਜੀ ਆਈ ਹੋਪ ਸੋ ਜੋ ਚੇਤੇ ਕਰਾਏਗਾ ਤੇ ਬਿਲਕੁਲ ਹੋਰ ਤਾਂ ਕੁਝ ਹੈ ਨਹੀਂ ਜੀ ਹਾਂਜੀ ਸੋ ਫਾਰ ਤਾਂ ਇਹੀ ਸੋਚਿਆ ਕਿ ਚਲੋ ਰੱਬ ਦਾ ਨਾਮ ਵੱਧ ਤੋਂ ਵੱਧ ਲਈਏ ਲਾਈਫ ਦਾ ਕੁਝ ਨਹੀਂ ਪਤਾ ਹੈਗਾ ਹਾਂਜੀ ਐਂਡ ਆਈ ਵਾਂਟ ਕਿ ਨਵੇਂ ਸਾਲ ਵਿੱਚ ਮੈਂ ਆਪਣੀ ਪ੍ਰਿੰਸਸ ਨੂੰ ਮਿਲਾਂ ਆ ਕੇ ਇੱਥੇ ਜਾਓ ਇਸ ਮੈਨੂੰ ਇੱਥੇ ਵਿਜ਼ਿਟ ਕਰੇ ਸੋ ਨਾਈਸ ਸੋ ਐਨੀਵੇ ਨਵੇਂ ਸਾਲ ਲਈ ਤੁਹਾਡੇ ਚੈਨਲ ਲਈ ਤੁਹਾਡੀ ਸਾਰੀ ਟੀਮ ਲਈ ਬਹੁਤ ਬਹੁਤ ਮੁਬਾਰਕਾਂ ਤੇ ਮੋਰ ਵਿਸ਼ਸ ਫਾਰ ਯੂ ਗਾਇਸ ਕਿ ਤੁਹਾਡਾ ਚੈਨਲ ਬਹੁਤ 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 ਤਰੱਕੀ ਕਰੇ ਥੈਂਕ ਯੂ ਸੋ ਮਚ ਤੁਹਾਨੂੰ ਵੀ ਨਵੇਂ ਸਾਲ ਦੇ ਬਹੁਤ ਬਹੁਤ ਮੁਬਾਰਕਾਂ ਆਲਰੇਡੀ ਥੈਂਕ ਯੂ ਸੋ ਮਚ ਥੈਂਕ ਯੂ ਹੈਪੀ ਨਿਊ ਈਅਰ ਹੈਪੀ ਨਿਊ ਈਅਰ ਹੈਲੋ ਸਸਰੀਕਾਲ ਜੀ ਸਸਰੀਕਾਲ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਤੁਹਾਨੂੰ ਦੇਖ ਕੇ ਤੁਹਾਨੂੰ ਖਿੜਿਆ ਵਿਆ ਨੂੰ ਤੁਸੀਂ ਆਈ ਖਿੜੇ ਰਹੋ ਦੋਨੇ ਭੈਣਾਂ ਇੱਕੋ ਹੀ ਭੱਜ ਕੇ ਗਿੱਧੇ ਵਿੱਚ ਵੜੀਆਂ ਹਾਲੇ ਤੁਹਾਨੂੰ ਦੱਸਾਂ ਸ਼ੈਰੀ ਜੀ ਨੂੰ ਗਿੱਧਾ ਆਉਂਦਾ ਨਹੀਂ ਹੈਗਾ ਮੈਨੂੰ ਪਤਾ ਮੈਂ ਇਹਨਾਂ ਨੂੰ ਕਿਵੇਂ ਸਿਖਾਇਆ ਸੀ ਉਸ ਵੇਲੇ ਇਹ ਆਪਾਂ ਨੂੰ ਦੂਜੇ ਕਰ ਦਿੰਦੇ ਆ ਸਾਰਿਆਂ ਦਾ ਗਿੱਧਾ ਵੀ ਲੋਟ ਆਉਂਦਾ ਸਾਰਾ ਰਲਮਾ ਮਿਲਮਾ ਚੱਲਦਾ ਹਾਂਜੀ ਇਹ ਆਪਾਂ ਨੂੰ ਹੋਰ ਸਿਖਾ ਦਿੰਦੇ ਆ ਹਾਂਜੀ ਅੱਛਾ ਭੈਣ ਜੀ ਮੈਨੂੰ ਇਹ ਦੱਸੋ ਕਿ ਗੈਟ ਪੰਜਾਬੀ ਟੀਵੀ ਦੇ ਪ੍ਰੋਗਰਾਮ ਤੁਸੀਂ ਦੇਖਦੇ ਹੈਗੇ ਹੋ ਤੁਹਾਨੂੰ ਕਿਵੇਂ ਦੇ ਲੱਗਦੇ ਆ ਬਹੁਤ ਵਧੀਆ ਲੱਗਦੇ ਘੰਟਾ ਹੋ ਗਿਆ ਕੰਮ ਛੱਡ ਕੇ ਬੈਠਿਆਂ ਨੂੰ ਫੋਨ ਮਿਲਾਉਂਦਿਆਂ ਨੂੰ ਠੀਕ ਹੈ ਤੁਹਾਨੂੰ ਇੱਥੇ ਹੀ ਪਤਾ ਲੱਗੂਗਾ ਵੀ ਲੱਗਦੇ ਹੈਗੇ ਆ ਤੇ ਕੰਮ ਹੋਣ ਦਾ ਵਾਦਾ ਫਿਰ ਭਾਂਡੇ ਭੰਨਾਂਗੇ ਅੱਧੇ ਕੋ ਤੇ ਬਾਅਦ ਵਿੱਚ ਸਾਡੇ ਤੇ ਬਲੇਮ ਆਏਗਾ ਤੇ ਰੀਤ ਤੇ ਸ਼ੈਰੀ ਨੇ ਸਾਡੇ ਭਾਂਡੇ ਭਨਵਾਤੇ ਨਹੀਂ ਭਾਂਡੇ ਨਹੀਂ ਭਨਾਤੇ ਉਹ ਤਾਂ ਫਿਰ ਉਹਦਾ ਨਾਂ ਕੀ ਹੁੰਦਾ ਫਿਰ ਐਵੇਂ ਹੀ ਹੁੰਦਾ ਹੈਗਾ ਬਿਲਕੁਲ ਬਿਲਕੁਲ ਮੈਂ ਬੇਟੇ ਤੁਹਾਡੀ ਆਂਟੀ ਲੱਗਦੀ ਆ ਹਾਂਜੀ ਤੇ ਮੈਂ ਕਹਿੰਦੀ ਆ ਵੀ ਸਾਡਾ ਪਿਆਰ ਕਹਿਣ ਦਾ ਤੁਹਾਨੂੰ ਚਾਹੀਦੇ ਸਾਡੇ ਵਿਹੜੇ ਆਉਣ ਵਾਲਿਓ ਤੇ ਰੌਣਕਾਂ ਵਧਾਉਣ ਵਾਲਿਓ ਹਾਂਜੀ ਤੇ ਪਾਣੀਆਂ ਚ ਪਾਣੀ ਸੁਣੀ ਦਾ ਪਾਣੀ ਸੁਣੀ ਦਾ ਹੈਗਾ ਚਨਾਵ ਨੀ ਸਹੀ ਹੋ ਤੇ ਸਾਡਾ ਖਿੜਿਆ ਰਵੇ ਸਾਡੇ ਸਾਰਿਆਂ ਦੇ ਵਿੱਚ ਸਾਡਾ ਨਵਾਂ ਸਾਲ ਫੁੱਲ ਗੁਲਾਬ ਨੀ ਸਹੀ ਹੋ ਬਿਲਕੁਲ ਬਹੁਤ ਹੋਰ ਬੇਟੇ ਬਸ ਇੰਨਾ ਹੀ ਮਨਜ਼ੂਰ ਕਰੋ ਸਾਰਿਆਂ ਨੂੰ ਆਪਾਂ ਵਾਰੀ ਦੇਈਏ ਤੇ ਸਾਰਿਆਂ ਨੂੰ ਹਾਂਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਹਾਂਜੀ ਬਹੁਤ ਬਹੁਤ ਤੁਹਾਨੂੰ ਹੈਪੀ ਨਿਊ ਈਅਰ ਇਹ ਮੇਰੀ ਬੇਟੀ ਸੀਗੀ ਇਹ ਦੂਰੋਂ ਬੋਲਦੀ ਸੀ ਬੇਟੇ ਹਾਂਜੀ
ओके बाय बेटी, थैंक यू। ओके जी, ओके जी, सत श्री अकाल। सत श्री अकाल। सवेरे उठ जाओ तुसी, आई दस दे रमो। बल्ले बल्ले गेट पंजाबी, बल्ले बल्ले गेट पंजाबी। नाइस। ओके ओके जी, सत श्री अकाल। सत श्री अकाल जी। शेरी जी कहंदे ने प्यार शब्द कहना सौखा पर निभाना सौखा नहीं, जिसनों ये शब्द रास आया उसकी जिंदगी बन गई, उसकी जिंदगी बन गई। तो तुसी ये देखो, असी रोने कि सानू एक इंसान का प्यार नहीं मिलिया, तो असी किन्ने किस्मत वाले हाँ जो सानू तुहाडे वर्गे व्यूअर्स कॉलर्स इन्ना प्यार देंदे ने, इन्ना प्यार देंदे ने कि मैनू लगता है बाहां खोल के जिन्ना मर्जी प्यार लै लिए तां वी साडियां बाहां साडी जगह खत्म हो जाएगी, पर वह प्यार नहीं मुकता। बिल्कुल ठीक रेत। सो अगली कॉल लईए। हैलो, हेलो, सत श्री अकाल जी। सत श्री अकाल, सत श्री अकाल जी, रीत जी, शेरी जी, सत श्री अकाल। सत श्री अकाल, कौन बोल रहे हो? हां जी, मैं बलजीत बोल रही हां मिलवाकी तो। हां जी, की हाल है जी? हां जी, बस ठीक है जी, तुसी सुनाओ? हां जी, बहुत बढ़िया। आज दोनों बड़े खूबसूरत लग रहे हो तुसी। थैंक यू, बहुत-बहुत शुक्रिया, थैंक यू। हां जी, एक्चुअली फोन ना मेरे हस्बैंड ने बुलाया होया और उन्होंने मेनू पकड़ा दिता फोन। हां जी, ओ चांदे उन्होंने सुनया सी कि तुसी मतलब वक-वक गुरु घरां दे विच जिद्दां सिखाओगे तुसी सानू, है ना, प्रोग्राम ते मैं असि मिलवाकी तो बोल रहे हां। उन्होंने मैनू ये कहा कि चल तुसी पहले भी लगांदे रहने फोन दा, तुसी हुण इन्हां नूं पुछो कि ये मिलवाकी दा इवेंट दिखा सकदे ने। हां जी, उस दे लई तुसी साडी जिहड़ी मैनेजमेंट हैगी उन्हां नूं फोन कर सकदे हो, उन्हां नूं दस सकदे हो, क्योंकि ते लाइव प्रोग्राम इस वेले चल रहा हैगा, क्यों नहीं दिखा सकते जी, जरूर विखावांगे। यही तो असं गल कर रहे हैं कि एक गेट पंजाबी टीवी ते हैगा जिहड़ी वध तो वध ना देर वेखदा ना सवेर, ते असी धार्मिक जिहड़े उपराले ने उन्हां दे नाल तुहानू जोड़न दी सारिआं नूं हर वक्त पूरी कोशिश करदे आ। उस दे बारे तुसीं सानूं पूरी इनफॉर्मेशन दिओ, सानूं दसो, ते असीं जरूर पहुंचांगे। ठीक है, मतलब सानूं किसे होर नंबर ते कॉल करनी पवेगी जां? हां जी हां जी, होर नंबर ते कॉल करनी पवेगी। ਤੁਸੀਂ ਈਮੇਲ ਵੀ ਕਰ ਸਕਦੇ ਹੋ, ਈਮੇਲ ਵੀ ਕਰ ਸਕਦੇ ਹੋ। ਹਾਂਜੀ, ਈਮੇਲ ਵੀ ਕਰ ਸਕਦੇ ਹੋ, ਈਮੇਲ ਐਡਰੈਸ ਹੈਗਾ info.us@getpunjabi.tv। ਓਕੇ, ਠੀਕ ਹੈ ਜੀ, ਓਕੇ, ਥੈਂਕ ਯੂ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਇੱਕ ਅਗਲੀ ਕਾਲ ਲੈ ਲਈਏ ਹੁਣ। ਹੈਲੋ ਹੈਲੋ, ਮੈਨੂੰ ਲੱਗਦਾ ਸਾਰੇ ਨਾ ਪ੍ਰੋਗਰਾਮ ਦੇਖਣ 'ਚ ਬਿਜ਼ੀ ਹੋ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਕਾਲ ਲੱਗ ਗਈ ਹੈ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਕੀ ਕਰਦੇ ਸੀ? ਕੁਛ ਨਹੀਂ। ਕੁਛ ਨਹੀਂ ਕਰਦੇ ਸੀ, ਟੀਵੀ ਨਹੀਂ ਦੇਖਦੇ ਸੀ? ਵੇਖਦੇ ਸੀ। ਵੇਖਦੇ ਸੀ, ਤੁਸੀਂ ਮੈਨੂੰ ਵੇਖਿਆ? ਹਾਂਜੀ। ਮੰਮੀ ਨੇ ਵੇਖਿਆ? ਹਾਂਜੀ। ਫੇਰ ਮੰਮੀ ਨਾਲ ਗੱਲ ਕਰਾ ਦਿਓ। ਗੁਰਦੁਆਰਾ ਸਾਹਿਬ, ਮੈਨੂੰ ਵੀ ਨਾਲ ਲੈ ਜਾਓ। ਓਕੇ, ਆਵਾਂ ਮੈਂ ਤੁਹਾਡੇ ਘਰ? ਮੰਮਾ ਨੂੰ ਪੁੱਛੋ, ਦੀਦੀ ਨੂੰ ਲੈ ਜੂੰਗੇ? ਹਾਂਜੀ। ਚਲੋ ਠੀਕ ਹੈ, ਫਿਰ ਮੈਂ ਰਾਤ ਨੂੰ ਆਵਾਂ ਕਿ ਸਵੇਰ ਨੂੰ ਆਵਾਂ? ਰਾਤ ਨੂੰ। ਰਾਤ ਨੂੰ, ਠੀਕ ਹੈ, ਤੁਸੀਂ ਤਿਆਰ ਹੋ? ਮੈਂ ਸ਼ਬਦ ਸੁਣਾਉਣਾ। ਸੁਣਾਓ। ਤੀਰ ਕਰਦਾ ਸੋ ਹਰ ਜਨ ਪਿਆਰੇ, ਸਤਿਗੁਰ ਤੁਮਾਰੇ ਕਾਜ ਸਵਾਰੇ, ਦੁਸ਼ਟ ਦੂਤਾ ਪਰਮੇਸ਼ਰ ਮਾਰੇ, ਜਨ ਕੀ ਤਾਜ ਰੱਖੀ ਕਰਤਾਰੇ, ਬਾਦਸ਼ਾਹ ਸਭ ਵਸ ਕਰ ਦੀਤੇ, ਅੰਮ੍ਰਿਤ ਨਾਮ ਹਰਸ ਪੀਨੇ, ਨਿਰਪਾਹਾ ਭਜ ਭਗਵਾਨ, ਸਾਧ ਸੰਗਤ ਮੈਲੇ ਕੀ ਨੋ ਦਾਨ, ਸਰਨ ਪੜੇ ਪ੍ਰਭੇ ਅੰਤਰ ਜਾਵੀ, ਨਾਨਕ ਓਠ ਪਗਰੀ ਪ੍ਰਭ ਸਵਾਮੀ,
वाहेगुरु जी का खालसा वाहेगुरु जी की फतेह। हेलो, चलो जी भी इन्होंने तो फतेह बुला दिती है, तो फतेह के नाल नाल तुहानू भी नवे साल दी बहुत बहुत मुबारक। अगली कॉल ले लेने हैं। हेलो हेलो, सत श्री अकाल जी। सत श्री अकाल, मेरा नाम है शकर गिल, मैं कनेडा तो बोलता, तो मैं न्यू ईयर सेलिब्रेट करना गुरुद्वारा जाके। ओके, कौन कौन जा रहा थोड़े नाल? मम्मी जी, डैडी जी, मेरा ब्रदर, मेरी दादी जी, मम्मी जी, दादी जी। बहुत अच्छे, बहुत अच्छे। केड़ी जगह तो बोल रहे ने? कनाडा। कनाडा तो, कनाडा तो। हाँ जी, हेलो हेलो। हाँ जी, केड़े गुरु घर जा रहे हो? गुरुद्वारा नानक सर। उपलब्धि हासिल करना है की थोड़े रेजोल्यूशन है मन के विचार है और किस तरीके दे नाल गेट पंजाबी टीवी तुसी चाहते हो कि होर नवे प्रोग्राम जिहड़े आ उह शामिल किए जाण, तुहाडे सुझाव, तुहाडे सजेशनस, तुहाडियां सारियां जिहड़ियां गल्लां तुहाडे मन दे विच आ रहियां ने, जो कुछ होर चाहते हो कि असीं तुहाडे लई लैके आईए, या तुसीं अपनी कोई गल, अपना कोई सुझाव सानूं देना चाहते हो, ईमेल तुसीं सारे स्क्रीन ते वेख रहे हो, info.us@getpunjabi.tv ते ईमेल करके सानूं दस सकदे हो कि होर तुसीं की चाहते हो, तुसीं की होर साढ़े कोलों मंगदे हो, ताकि असीं होर ज़्यादा तो ज़्यादा तुहाडी सेवा दे विच हाज़िर हो सकीए। जी, और गेट पंजाबी टीवी ते 2014 बहुत खास होण जा रहा हैगा, खास प्रोग्राम्स दे नाल नवे प्रोग्राम। शेरी जी, मेरा सरप्राइज ना खोलियो। अच्छा जी, ठीक है जी, सुन लेता। सो इस दे नाल ही जी ब्रेक मिलदे आ, ब्रेक तो बाद। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਗੁਰਦੁਆਰਾ ਸੱਚਖੰਡ ਗੁਰੂ ਨਾਨਕ ਦਰਬਾਰ ਜੀ ਦਾ ਸਥਾਪਨਾ ਦਿਵਸ 5 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਉੱਚੇ ਤੌਰ 'ਤੇ ਸਤਿਕਾਰਯੋਗ ਸੰਤ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਜੀ 3 ਜਨਵਰੀ ਨੂੰ ਪਹੁੰਚ ਰਹੇ ਹਨ। ਸੇਵਕ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸਾਹਿਬਾਂ ਦੀ ਅੰਮ੍ਰਿਤ ਹੋਈ ਬਾਣੀ ਮਹਾਂਪੁਰਸ਼ਾਂ ਦੇ ਪ੍ਰਵਚਨ ਸਰਵਣ ਕਰੋ ਅਤੇ ਆਪਣਾ ਜੀਵਨ ਸਫਲਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। दीदी, मैं तो भूल ही गई थी, मम्मी ने तेरे लिए असली घी भेजा है और मैंने स्पेशली पैक किया। अच्छा, जल्दी आना। क्या कर रही है? लक्ष्मी, आई आई, पहले अपनी आंखें बंद करो। दीदी, ऐसा घी सिर्फ मम्मी ही बना सकती है, सब लक्ष्मी माँ की कृपा है। लक्ष्मी घी, मेड प्योर, मेड फ्रेश, मेड हियर। ताज़ा।
World Fam Marina presents the 10th annual New Year's Eve Blowout 2014. Music by DJ Rohit Singh and DJ Arjun. Call now 718-898-1200. Raj Jewels, Bansal Group. Amba Jewelers, 30 साल तो तुहाडा अपना परोसेमंद ज्वेलर। ब्याह होवे या त्योहार, एथे तुहानू मिलेगी हर तरह दी डायमंड, गोल्ड ते सिल्वर ज्वेलरी। नाल ही अवेलेबल हन 24 कैरेट गोल्ड क्वाइंस ते डिजाइनर गिफ्ट्स। हर तरह दी डिजाइनर ते ट्रेडिशनल ज्वेलरी ले विजिट करो अंबा ज्वेलर्स 3713 74th Street, Jackson Heights, New York. Phone 718-639-2300. World Fam Marina presents the 10th annual New Year's Eve Blowout 2014. Music by DJ Rohit Singh and DJ Arjun. Call now 718-898-1200. ओबामा केयर अनुसार 2014 के शुरू तो अमेरिकन्स लिए हेल्थ इंश्योरेंस कराना लाजमी कर दिया गया है। जेकर तुहानू पहला तो ही कोई हेल्थ इशू है तद भी इंश्योरेंस कंपनी वालों इंश्योरेंस देने लिए तुहानू मना नहीं किया जाएगा। पंजाब इंश्योरेंस के सर्टिफाइड एडवाइजर तुहानू सही अते वधिया प्लान लैण पूरी मदद करनगे जिसकी कोई फीस नहीं होएगी। ओबामा केयर विच एनरोल होने की डेडलाइन 31 मार्च 2014 है। सो अमेरिका के किसी भी शहर साडा प्रोग्राम देख रहे हो ओबामा केयर हेल्थ इंश्योरेंस कराने लिए पंजाब इंश्योरेंस के नंबर पर हुने कॉल करो। मिराज बैंकेट हॉल एंड रेस्टोरेंट वेडिंग होवे या बर्थडे पार्टी मिराज है परफेक्ट हर सेलिब्रेशन ले। मिराज इंडियन क्यूजिन विद प्रॉपर सिटिंग फैसिलिटी विजिटर्स ले प्राइवेट पार्किंग फैसिलिटी भी अवेलेबल है। Are you in deportation? Do you have a complex immigration matter? Has your immigration case been denied? For all your complex immigration matters, including family-based immigration, employment-based immigration, deportation, citizenships, battered spouses, call Gahee & Associates at 718-263-5999 for a free initial consultation. Over the years, we've helped many people in getting the green cards. Would you like to have your green card? Call Gahee & Associates now. प्रकृति जैसी शुद्धता हमारी पहचान MTH मसाले द रियल स्पाइस ऑफ इंडिया। अरे तुमने मेरे हाथ के पकोड़े नहीं खाए। तुम अपने आशिकों को छोड़ हमें मौका दोगी तब ना। लक्ष्मी लक्ष्मी खांड भी तो मैं बनाती थी स्पेशली गांव से देसी बेसन मंगवा कर। क्यों यहाँ का बेसन नहीं चलता? यहाँ के बेसन में वो बात कहाँ। पर ये तो लक्ष्मी है, इनको लक्ष्मी के बारे में बताने की जरूरत नहीं। लक्ष्मी बेसन कहाँ मिलता है? आंटी जी किसी भी इंडियन स्टोर में लक्ष्मी बेसन। मेड प्योर, मेड फ्रेश, मेड हियर। वेलकम बैक जी। जिस तरीके दे नाल थोड़ी हर फरमाइश गेट पंजाबी टीवी ते सुनी जाती है और थोड़े तक पहुँचाई जाती है उस तरीके दे नाल सानू एक फोन कॉल जिहड़ी है वह आई और उन्होंने कहा कि प्रिंसेस नूं बड़ा मिस कर रहे हैं। तो प्रिंसेस ने सुन लिता तो जिहड़ी साडी वड्डी प्रिंसेस हैगी है उन्हें कहा कि क्यों ना एक जादू किया जाए और उस जादू के जरिए एक छोटी प्रिंसेस साड़ी कोल आ गई है। सो अर्श अर्शदेव वेलकम बैक। थैंक यू। वेलकम बैक अर्श। किदा लग रहा है आज लाइव बाद विच देखना है जाके?
हाँ जी देखना इट्स वेरी लाइक एंजॉयिंग मजा आ रहा है अच्छा लग रहा है मैनू पता है कि अपने आप नू कैमरे ते देख के अच्छा लगता है पर कई बार मन दे विच आंदा है कि टीवी दे राही असी बींग छोटा बच्चा कि कोई मैसेज पहुंचाना चाहिदा है जिस तरह बच्चियां नू हुंदा है ना कि मैनू सिंगिंग दा बहुत शौक है मैनू डांसिंग दा बहुत शौक है मैनू पोएम्स पढ़निया चंगियां लगदियां मैनू शब्द कीर्तन करना चंगा लगता है जां मैनू कोई इंस्ट्रूमेंट वजाने चंगे लगते हैं कि तुहाड़े मन विच आंदा है कि जदों टीवी ते कुछ गल करन दा मैनू चांस मिले तो मैं वो मैसेज जरूर देना है कुछ सोचते हो I'd like to tell everybody ki sab to pehla I love basketball and usually in life I usually say that volleyball is more better than volleyball I like more better than basketball okay but then sometimes when I don't do good in basketball I start thinking that actually basketball I really like more than volleyball okay par tuhanu lagda hai ki matlab TV te oh dikhna chahida sare tuhadi performance vekh sakan do you think ki kadi hona chahida idda haan ji मैं उही पूछना चाहती सी कि सारे दे मन दे विच ना एक ख्वाहिश होंदी है कि आपां टीवी ते आना है आपां इह गल करनी है सो गेट पंजाबी ते अज अर्शदीप नूं और मैनूं तुसी सुन रहे हैगे हो और अर्शदीप दे राही जो अज दी नौजवान छोटे छोटे जो बच्चे हैगे आ जो मैं फिर कहना चाहनी हां अर्शदीप नगर कीर्तन ते मैं हमेशा तुहानूं देखिया आ तुसी बहुत सोहने सलवार कमीज जिहड़ी आ उह तुसी पा के आंदे हो हमेशा उस तरीके दे नाल अपने पहरावे नूं किसी भी तरीके नाल तुसी भावें वह पहरावा है भावें वह तुहाडी बोली है पंजाबी बोली है जिसनों तुसी बोलदे हो है ना आपां हर वारी अंग्रेजी दे विच भी तां गल कर सकदे हां पर आपां पंजाबी च गल करदे हां क्योंकि सानू उस दे विच अपनापन लगदा है सो घर दे विच मामा पंजाबी च बोलदे आ हां जी हां जी देखिया तुसी सो जिहड़ियां मावां इस वेले प्रोग्राम नू वेख रहियां ने साडा खास जिहड़ा प्रोग्राम अज दा 2013 ਨੂੰ ਅਲਵਿਦਾ ਕਹਿਣ ਦਾ ਉਸ ਦੇ ਵਿੱਚ ਅਰਸ਼ਦੀਪ ਔਰ ਮੈਂ ਅਰਸ਼ਦੀਪ ਸਾਰੇ ਆਪਣੇ ਵਿਊਵਰਸ ਨਾਲ ਵੀ ਗੱਲ ਕਰੀਏ ਕਿਤੇ ਕਹਿਣਗੇ ਕਿ ਆਪਸ ਵਿੱਚ ਹੀ ਗੱਲਾਂ ਕਰ ਰਹੇ ਆ ਔਰ ਸਾਨੂੰ ਵੇਟ ਕਰਵਾ ਰਹੇ ਆ ਠੀਕ ਹੈ ਹਾਂਜੀ ਚਲੋ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗਿੱਲ ਆਂਟੀ ਕਿੱਦਾਂ ਠੀਕ ਹੋ ਜੀ ਠੀਕ ਠਾਕ ਹਾਂਜੀ ਤੇ ਮੈਂ ਤੁਹਾਨੂੰ ਇਹ ਹੀ ਵਧਾਈ ਦਿੰਨੀ ਆ ਤਰੀ ਤਰਸਾ ਸ਼ਹਿਰੀ ਹਾਂਜੀ ਪੰਜਾਬੀ ਟੀਮ ਜੀ ਜੋ ਵੀ ਸੁਣ ਰਹੇ ਨੇ ਸਾਰੇ ਭੈਣ ਭਰਾਵਾਂ ਨੂੰ ਸਾਰੇ ਲੋਕਾਂ ਨੂੰ ਬੜੀ ਬੜੀ ਮੁਬਾਰਕ ਤੇ ਹੈਪੀ ਨਿਊ ਈਅਰ ਥੈਂਕ ਯੂ 2014 ਸਾਲ ਜਿਹੜਾ ਇਹ ਸਭ ਦਾ ਖੁਸ਼ੀਆਂ ਭਰਿਆ ਹੈ ਥੈਂਕ ਯੂ ਸਭ ਖੁਸ਼ ਰਹੋ ਜਦ ਤੱਕ ਗੈਟ ਪੰਜਾਬੀ ਚੱਲਦਾ ਰਹੇ ਰੀਤ ਔਰ ਸ਼ਹਿਰੀ ਇੱਥੇ ਹੀ ਕੰਮ ਕਰਦੀਆਂ ਰਹਿਣ ਦੇਵਾਂਗੀ ਤੁਸੀਂ ਵੀ ਖੁਸ਼ ਰਹੋ ਥੈਂਕ ਯੂ ਸਭ ਲੋਕ ਖੁਸ਼ੀਆਂ ਭਰਿਆ ਸਾਲ ਨਿਭਾਉਣ ਉਹਨਾਂ ਦੇ ਪਿੱਛੇ ਸਾਨੂੰ ਵੀ ਖੁਸ਼ੀਆਂ ਮਿਲਣ ਬਿਲਕੁਲ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਗਿੱਲ ਆਂਟੀ ਏਦਾਂ ਹੀ ਪਿਆਰ ਕਰਦੇ ਰਹੋ ਸਭ ਨੂੰ ਮੈਂ ਪਿਆਰ ਕਰਦੀ ਹਾਂ ਸਭ ਨੂੰ ਮੈਂ ਬੜਾ ਬੜਾ ਆਸ਼ੀਰਵਾਦ ਦਿੰਦੀ ਹਾਂ ਖੁਸ਼ ਰਹਿਣ ਖੁਸ਼ ਰਹਿਣ ਖੁਸ਼ ਰਹਿਣ ਓਕੇ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਚੰਗਾ ਲੱਗਦਾ ਹੈ ਨਾ ਲੋਕੀ ਸਾਨੂੰ ਵੇਖ ਕੇ ਕਾਲਸ ਕਰਦੇ ਆ ਲੈ ਲਈਏ ਨੈਕਸਟ ਕਾਲ ਜੀ ਸਤਿ ਸ਼੍ਰੀ ਅਕਾਲ ਕੌਣ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਸ਼ਹਿਰੀ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਤੁਸੀਂ ਬੋਲ ਰਹੇ ਹੋ ਕਿਹੜੀ ਜਗ੍ਹਾ ਤੋਂ ਫੋਨ ਕੀਤਾ ਹੈ ਕੈਲੀਫੋਰਨੀਆ ਸਾਡੀ ਛੋਟੀ ਪ੍ਰਿੰਸੈਸ ਆ ਗਈ ਹੈ ਇਸ ਕਰਕੇ ਬਹੁਤ ਵਧੀਆ ਜੀ ਬਹੁਤ ਪਿਆਰੀ ਬੱਚੀ ਹੈ ਵੀ ਜੀ ਬੱਚੇ ਤੇ ਰੱਬ ਦਾ ਰੂਪ ਹੁੰਦੇ ਆ ਔਰ ਇਸ ਕਰਕੇ ਔਰ ਵੈਸੇ ਵੀ ਅਰਸ਼ਦੀਪ ਨਾਲ ਗੱਲ ਕਰਨ ਦਾ ਜੋ ਮਕਸਦ ਹੈ ਉਹ ਇਹੀ ਹੈਗਾ ਕਿਉਂਕਿ ਇਹ ਤੇ ਬਾਏ ਚਾਂਸ ਹੈ ਕਿ ਸਾਡੇ ਸਟੂਡੀਓ ਦੇ ਵਿੱਚ ਅਰਸ਼ਦੀਪ ਹੋਣੇ ਤੱਕ ਸੀਗੇ ਤੇ ਅਸੀਂ ਕਿਹਾ ਕਿ ਕੁਝ ਗੱਲਾਂ ਸ਼ਾਇਦ ਜੋ ਮਨ ਦੇ ਵਿੱਚ ਆ ਰਹੀਆਂ ਨੇ ਉਹ ਕਿਉਂ ਨਾ ਅਰਸ਼ਦੀਪ ਦੇ ਰਾਹੀਂ ਤੁਹਾਡੇ ਸਾਰਿਆਂ ਤੱਕ ਪਹੁੰਚਾ ਸਕੀਏ ਨਾ ਸੂਰਜ ਨਾ ਹੀ ਅੰਬਰ ਬਦਲੇਗਾ ਨਾ ਧਰਤੀ ਨਾ ਸੂਰਜ ਨਾ ਹੀ ਅੰਬਰ ਬਦਲੇਗਾ ਹਾਂਜੀ ਦੋ ਰਾਤਾਂ ਦੀ ਸਾਂਝੀ ਰਾਤ ਕੈਲੰਡਰ ਬਦਲੇਗਾ ਵਾਹ ਜੀ ਵਾਹ ਬਹੁਤ ਵਧੀਆ ਬਹੁਤ ਖੂਬ ਫਿਰ ਦੁਬਾਰਾ ਹੀ ਨਾ ਧਰਤੀ ਨਾ ਸੂਰਜ ਨਾ ਹੀ ਅੰਬਰ ਬਦਲੇਗਾ ਸਮਝ ਆ ਰਹੀ ਹੈ ਦੋ ਰਾਤਾਂ ਦੀ ਸਾਂਝੀ ਰਾਤ ਕੈਲੰਡਰ ਬਦਲੇਗਾ ਹਾਂਜੀ ਰਾਤੋ ਰਾਤ ਖਾਸ ਬਦਲ ਕੀ ਜਾਵੇਗਾ ਹਾਂਜੀ ਦੱਸੋ ਤੀਏ ਦੀ ਥਾਂ ਚੌਕਾ ਇੱਕੋ ਨੰਬਰ ਬਦਲੇਗਾ ਇੱਕੋ ਨੰਬਰ ਬਦਲੇਗਾ ਬਿਲਕੁਲ ਠੀਕ ਜੀ
उम्मीद कर दिया कि 2014 थैंक यू जी बहुत बहुत शुक्रिया जी फोन करने के लिए और साडे टीवी चैनल दे नाल जुड़न दे लिए सो 2014 एक साल 2013 बीत गया आज ते इट पास सो क्विकली सी कितना कुछ हो गया ना एक साल दे विच और अर्शदीप नु आज तुहाडे नाल जो असी गलबात कर रहे हैं ना इसका मतलब है कि गेट पंजाबी टीवी क्योंकि परिवारिक टीवी चैनल हैगा जिस दे विच बच्चियां तो लैके बुजुर्गों तक के हर प्रोग्राम नु ध्यान दे विच रखिया जांदा है भावें वह राजनीति का खेतर होवे भावें वह धार्मिक खेतर होवे भावें वह कोई भी धर्म हैगा हरेक नू जिहड़ा प्यार दिता जांदा है और बच्चों की गल हो रही है सो अर्शदीप दे राही वह सारे बच्चे गैट पंजाबी टीवी दे नाल जुड़ सकते हैं क्योंकि बहुत जल्दी गैट पंजाबी टीवी ते बड़े नवे प्रोग्राम आ रहे हैं जिन्हां नू तुसी बहुत पसंद करोगे ठीक कह रही हूँ मैं जी नैक्सट कॉल ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੌਣ ਗੱਲ ਕਰ ਰਹੇ ਹੋ ਮੈਂ ਭਵਿੰਦਰ ਸਿੰਘ ਅਟਵਾਲ ਬੋਲ ਰਿਹਾ ਜੀ ਹਾਂਜੀ ਅਟਵਾਲ ਸਾਹਿਬ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਮੈਂ ਰਚਮੁੰਡ ਹਿੱਲ ਤੋਂ ਬੋਲ ਰਿਹਾ ਜੀ ਅੱਛਾ ਅੱਛਾ ਮੈਂ ਗਿੱਟ ਪੰਜਾਬੀ ਨੂੰ ਬਹੁਤ ਬਹੁਤ ਵਧਾਈਆਂ ਦੇਣੀਆਂ ਚਾਹੁੰਦਾ ਜੀ ਥੈਂਕ ਯੂ ਅਟਵਾਲ ਸਾਹਿਬ ਬਹੁਤ ਟਾਈਮ ਬਾਅਦ ਤੁਹਾਡੀ ਆਵਾਜ਼ ਸੁਣੀ ਹੈ ਪਰਿਵਾਰ ਨੂੰ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਤੇ ਬੜਾ ਥੋੜੇ ਸਮੇਂ ਦੇ ਵਿੱਚ ਜਿਹੜਾ बिलकुल ठीक कह रहे हो तुसी अटवाल साहब एक पासे जे टीवी चैनल किसी ते मतलब मैं नहीं नाम लेना चाहती जे गाने चल रहे हैं जे कोई मजाक चल रहा है दूजे पासे गेट पंजाबी दी टीम जिहड़ी है वो लाइव इवेंट्स विखा रही है और दर्शकां नू जिहड़ा सिखी दे नाल सिख इतिहास दे नाल होर ज्यादा गहराई दे विच जोड़ रही हैगी है ਦੇਖੋ ਤੁਸੀਂ ਜਿਹੜੇ ਅਮਰੀਕਾ 'ਚ ਜਿੰਨੇ ਵੀ ਵੱਡੇ ਵੱਡੇ ਇਵੈਂਟ ਹੁੰਦੇ ਆ ਉੱਥੇ ਆਪ ਪਹੁੰਚ ਕੇ ਉਹਦੀ ਲਾਈਵ ਕਵਰੇਜ ਜਿਹੜੀ ਦਿਖਾਉਂਦੇ ਹੋ ਹਾਂਜੀ ਉਹਦੀ ਕਈ ਪ੍ਰੋਗਰਾਮ ਤੁਸੀਂ ਇੰਡੀਆ ਦੇ ਵਿੱਚ ਲਾਈਵ ਦਿਖਾਉਂਦੇ ਹੋ ਤੇ ਕਈ ਇੰਡੀਆ ਵਾਲੇ ਇੱਥੇ ਲਾਈਵ ਦਿਖਾਉਂਦੇ ਹੋ ਜੀ ਹਾਂਜੀ ਸੋ ਉਹ ਬਹੁਤ ਵੱਡਾ ਜਿਹੜਾ ਪ੍ਰੋਗਰਾਮ ਹੈ ਜੀ ਉਹਦੇ ਲਈ ਵਧਾਈਆਂ ਬਹੁਤ ਬਹੁਤ ਸ਼ੁਕਰੀਆ ਐਜ ਏ ਸਰਕਾਰ ਦੀ ਸੁਸਾਇਟੀ ਜੀ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਜੀ ਜਿਹੜੇ ਸਾਡੇ ਗੁਰਦੁਆਰੇ ਦੇ ਰੋਜ਼ਾਨਾ ਸਵੇਰ ਤੇ ਸ਼ਾਮ ਦੇ ਜਿਹੜੇ ਪ੍ਰੋਗਰਾਮ ਲਾਈਵ ਦਿਖਾਉਂਦੇ ਹੋ ਜੀ ਖਾਸ ਕਰਕੇ ਜਿਹੜਾ ਅੱਜ ਤੁਸੀਂ ਸਾਡਾ ਰਾਤ ਦਾ ਪ੍ਰੋਗਰਾਮ ਹੈ ਉਹ ਲਾਈਵ ਜਿਹੜਾ ਇੰਡੀਆ 'ਚ ਵੀ ਦਿਖਾ ਰਹੇ ਹੋ ਅਮਰੀਕਾ ਕੈਨੇਡਾ 'ਚ ਵੀ ਦਿਖਾ ਰਹੇ ਹੋ ਜੀ ਉਹਦੇ ਲਈ ਵੀ ਧੰਨਵਾਦ ਜੀ ਥੈਂਕ ਯੂ ਅਟਵਾਲ ਸਾਹਿਬ ਟੀਮ ਹੈ ਜੀ ਆਪਣੇ ਮਨੀਸ਼ ਜੀ ਮਨਿੰਦਰ ਸਿੰਘ ਹੈਰਪੀ ਜੀ ਸਿੰਘ ਸੋਹੀ ਸੁਖਦੀਪ ਸੋਹੀ ਸ਼ੁਭਾਸ ਜੀ ਜੀ ਲਾਂਬਾ ਜੀ ਬਿਲਕੁਲ ਠੀਕ ਤੇ ਰੀਤ ਜੀ ਤੇ ਤੁਹਾਨੂੰ ਸਾਰਿਆਂ ਨੂੰ ਜੀ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਸ਼ੁਕਰੀਆ ਅਟਵਾਲ ਸਾਹਿਬ ਸਾਲ ਜਿਹੜਾ ਤੁਹਾਡੇ ਲਈ ਹੋਰ ਖੁਸ਼ੀਆਂ ਕਰੇ ਲੈ ਕੇ ਆਵੇ जी की हाल है सतनाम जी बहुत ठीक हुआ बहन जी थानू दोहन देख के बहुत खुशी हुई मेरा दिल इना जिदा हो गया ना हां जी मेन बहुत ज्यादा खुशी हो गई जिदा की दो बहना नु थानू कठिया नु देख के हां जी बिल्कुल ठीक है जी सो इस दे असी इस दे लिए थोड़े बहुत टीवी ते हां जी हुन तुसी जिदा प्रोग्राम कर रहे अपने ठीक हो सारे प्रोग्राम जिदा न्याणियां नु मापियां नु ए दसो हां जी ਕੀ ਉਹ ਨਿਆਣਿਆਂ ਨੂੰ ਛੋਟੀਆਂ ਜਿੱਦਾਂ ਕੁੜੀਆਂ ਆਪਣੇ ਬੱਚੀਆਂ ਇਹਨਾਂ ਨੂੰ ਰੋਟੀ ਬਣਾਉਣੀ ਆਪਣੀ ਗੱਲ ਦੱਸਣ ਨਾ ਜੀ ਬਿਲਕੁਲ ਠੀਕ ਕੋਈ ਵੀ ਆ ਬਹਿਣ ਜੀ ਤੁਸੀਂ ਚਾਹੇ ਕੁਛ ਵੀ ਬਣ ਜਾ ਮਗਰ ਖਾਣਾ ਤਾਂ ਬਣਾਉਣਾ ਪਊ ਖਾਣਾ ਜੀ ਰੋਟੀ ਘਰ ਦੀ ਤੁਹਾਨੂੰ ਬਣਾਉਣੀ ਪਊ ਹੋਰ ਜਿੱਦਾਂ ਹੁਣ ਆਪਣੇ ਉਹ ਬੱਚੀ ਆਈ ਕਿੰਨਾ ਦੇਖਣ ਨੂੰ ਅੱਛਾ ਲੱਗਦਾ ਪ੍ਰੋਗਰਾਮ ਤੇ ਹਾਂਜੀ ਅਗਰ ਸਾਰੇ ਬੱਚਿਆਂ ਨੂੰ ਸਾਰੇ ਬੰਦਿਆਂ ਨੂੰ ਆਪਣੀ ਗੱਲ ਰਹੇ ਹਾਂਜੀ ਆਪਣੀ ਚੀਜ਼ ਰਹੇ ਆਪਣਾ ਪ੍ਰੇਮ ਰਹੇ ਬਿਲਕੁਲ ਰਹੇ ਹਾਂਜੀ ਨਾ ਹਾਂਜੀ ਇਹੀ ਚੀਜ਼ ਹੁਆ ਬਿਲਕੁਲ ਠੀਕ ਹਾਂ ਅਸੀਂ ਪਿਆਰ ਨੂੰ ਲੈ ਕੇ ਮੂਰੇ ਚੱਲ ਸਕਦੇ ਹਾਂ ਦੇਖੋ ਇਹ ਟੀਵੀ ਤੁਹਾਡੀ ਚੱਲਦੀ ਆ ਬਹੁਤ ਅੱਛੀ ਅਸੀਂ ਸਵੇਰੇ ਆਉਂਦਾ ਮੈਂ ਉਹ ਪ੍ਰੋਗਰਾਮ ਖੋਲਦਾ ਆ ਆਪਣੇ ਕੀਰਤਨ ਚੱਲਦਾ ਆ ਹਾਂਜੀ ਚਾਹੇ ਸੁਣਨੀ ਹੁੰਦਾ
ਰਹਿੰਦਾ ਬੈਠ ਕੇ ਮਗਰ ਬਜਦਾ ਰਹਿੰਦਾ ਬਿਲਕੁਲ ਠੀਕ ਕਹਿ ਰਹੇ ਹੋ ਹਾਂਜੀ ਹੁਣ ਰੇਡੀਓ ਆ ਉਹਦੇ ਤੇ ਪੰਜਾਬੀ ਪ੍ਰੋਗਰਾਮ ਚੱਲਦਾ ਸਾਡਾ ਤੁਸੀਂ ਦੇਖੋ ਇੱਕ ਵਾਰ ਇੱਥੇ ਪ੍ਰੋਗਰਾਮ ਦੇ ਕਹਿੰਦੇ ਕਿ 30 ਸੈਕਿੰਡ ਲਈ ਪੰਜਾਬੀ ਪ੍ਰੋਗਰਾਮ ਉਹੀ ਗੱਲ ਕਰ ਸਕਦੇ ਰਹੇ ਜਿਹੜੇ ਬੜੇ ਕੋਈ ਲੀਡਰ ਹੁੰਦੇ ਰਹੇ ਹਾਂਜੀ ਗੁਰਦੁਆਰੇ ਦੇ ਆ ਏਰੀਏ ਦੇ ਜੀ ਅੱਜ ਸਾਡੇ ਵਰਗੇ ਵੀ ਬੰਦਿਆਂ ਨੂੰ ਇਹਦੇ ਤੇ ਗੱਲ ਕਰਨ ਦਾ ਟਾਈਮ ਆ ਸਾਰਿਆਂ ਨੂੰ ਆਪਣਾ ਚੈਨਲ ਹੈ ਨਾ ਜੀ ਬਿਲਕੁਲ ਠੀਕ ਜੀ ਬਿਲਕੁਲ ਠੀਕ ਆਪਣਾ ਚੈਨਲ ਹੈ ਜੀ ਜੇ ਦਿੱਲੀ ਦੇ ਵਿੱਚ ਆਮ ਆਦਮੀ ਇੱਕ ਮੁੱਖ ਮੰਤਰੀ ਬਣ ਸਕਦਾ ਹੈਗਾ ਤੇ ਮੇਰੇ ਖਿਆਲ ਤੋਂ ਇੱਕ ਟੀਵੀ ਚੈਨਲ ਇੰਨੇ ਜੇ ਸਮੇਂ ਦੇ ਵਿੱਚ ਇੱਕ ਹਰ ਪਰਿਵਾਰ ਦੇ ਘਰ ਪਹੁੰਚ ਚੁੱਕਿਆ ਹੈ ਉਹ ਸਿਰਫ ਗੈਟ ਪੰਜਾਬੀ ਟੀਵੀ ਇਹ ਪਹਿਲਾਂ ਸਾਡੇ ਉਹ ਟੀਵੀ ਨਹੀਂ ਹੁੰਦਾ ਰਿਹਾ ਇਹ ਹੁਣ ਤੇ ਚੈਨਲ ਆਉਣ ਲੱਗਾ ਪਤਾ ਨਹੀਂ ਉਹ ਮੈਨੂੰ ਪਤਾ ਵੀ ਨਹੀਂ ਰਿਹਾ ਮੈਂ ਹੁਣ ਖੋਲਦਾ ਇਹ ਚੈਨਲ ਮੈਨੂੰ ਇੰਨਾ ਚੰਗਾ ਲੱਗਦਾ ਕਿ ਜਿੱਦਾਂ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਬਹੁਤ ਬਹੁਤ ਤੁਹਾਡਾ ਥੈਂਕ ਯੂ ਅਰਸ਼ਦੀਪ ਦੇ ਫੇਸ ਤੇ ਸਮਾਈਲ ਆਈ ਕੀ ਗੱਲ ਚੰਗੀ ਲੱਗੀ ਕਿ ਉਹਨਾਂ ਨੇ ZTV ਦਾ ਬੰਦ ਕਰਤਾ ਇਟਸ ਓਕੇ ਤੁਹਾਡੀ ਆਪਣੀ ਪਸੰਦ ਹੈਗੀ ਹੈ ਜੀ ਇੱਕ ਭਰਪੂਰ ਪਰਮਾਰ ਹੈਗੀ ਆ ਵੱਖਰੇ ਵੱਖਰੇ ਟੀਵੀ ਚੈਨਲਸ ਹੈਗੇ ਆ ਹੈ ਨਾ ਅਰਸ਼ਦੀਪ ਬੱਚਿਆਂ ਦੇ ਲਈ ਡਿਫਰੈਂਟ ਪ੍ਰੋਗਰਾਮਸ ਹੈ ਕਈ ਬੱਚਿਆਂ ਨੂੰ ਕਾਰਟੂਨਸ ਚੰਗੇ ਲੱਗਦੇ ਆ ਕਈਆਂ ਨੂੰ ਗਾਣੇ ਸੁਣਨੇ ਚੰਗੇ ਲੱਗਦੇ ਆ ਪਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਅਸੀਂ ਆਪਣੇ ਦਰਸ਼ਕਾਂ ਨੂੰ ਕਿਹਾ ਕਿ ਗੈਟ ਪੰਜਾਬੀ ਟੀਵੀ ਦਾ ਜੋ ਮਕਸਦ ਲੈ ਕੇ ਜੋ ਸੋਚ ਲੈ ਕੇ ਅਸੀਂ ਸ਼ੁਰੂਆਤ ਕੀਤੀ ਹੈ ਉਹ ਸੋਚ ਹੈ ਕਿ ਭਾਵੇਂ ਕੋਈ ਛੋਟਾ ਇਵੈਂਟ ਹੈਗਾ ਭਾਵੇਂ ਕੋਈ ਵੱਡਾ ਇਵੈਂਟ ਹੈਗਾ ਭਾਵੇਂ ਕੋਈ ਛੋਟੀ ਘਟਨਾ ਹੈਗੀ ਹੈ ਭਾਵੇਂ ਕੋਈ ਵੱਡੀ ਕੋਈ ਘਟਨਾ ਕਿਤੇ ਵਾਪਰੀ ਹੈਗੀ ਹੈ ਭਾਵੇਂ ਉਹ ਬੱਚਿਆਂ ਦਾ ਪ੍ਰੋਗਰਾਮ ਹੈ ਭਾਵੇਂ ਉਹ ਬਜ਼ੁਰਗਾਂ ਦਾ ਭਾਵੇਂ ਉਹ ਧਾਰਮਿਕ ਪ੍ਰੋਗਰਾਮ ਹੈ ਭਾਵੇਂ ਕੋਈ ਵੀ ਪੋਲੀਟੀਕਲ ਪ੍ਰੋਗਰਾਮ ਹੈਗਾ ਅਸੀਂ ਆਪਣੇ ਟੀਵੀ ਚੈਨਲ ਦੇ ਨਾਲ ਉਹਨਾਂ ਸਾਰੇ ਹੀ ਪ੍ਰੋਗਰਾਮਸ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ ਵੱਖ ਵੱਖ ਕੋਸ਼ਿਸ਼ ਕੀਤੀ ਔਰ ਤੁਸੀਂ ਪਸੰਦ ਵੀ ਬਹੁਤ ਕੀਤੀ ਹੈ ਜੇ ਮਤਲਬ ਮੈਂ ਗੱਲ ਕਰਾਂ ਕਿ ਅਰਸ਼ਦੀਪ ਤੁਸੀਂ ਗੈਟ ਪੰਜਾਬੀ 'ਤੇ ਕੋਈ ਗਾਣੇ ਸੁਣਦੇ ਹੈਗੇ ਹੋ ਹਾਂਜੀ ਚੰਗੇ ਲੱਗਦੇ ਆ ਹਾਂਜੀ ਦੇਖਿਆ ਫਿਰ ਬੱਚੇ ਵੀ ਗਾਣੇ ਸੁਣਦੇ ਆ ਬੱਚਿਆਂ ਨੂੰ ਵੀ ਗਾਣੇ ਚੰਗੇ ਲੱਗਦੇ ਆ ਸੋ ਕਹਿਣ ਦਾ ਮਤਲਬ ਕਿ ਗਾਣੇ ਵੀ ਜੇ ਵੱਜ ਰਹੇ ਹੈਗੇ ਆ ਤਾਂ ਉਹ ਅੱਖਾਂ ਨੂੰ ਅਤੇ ਕੰਨ ਨੂੰ ਸਕੂਨ ਦੇਣ ਵਾਲੇ ਹੋਣੇ ਚਾਹੀਦੇ ਆ ਉਹ ਗਾਣੇ ਜਿਹੜੇ ਆ ਹੁਣ ਬੱਚਿਆਂ ਦੇ ਸਾਹਮਣੇ ਅਸੀਂ ਕਿੰਨੀਆਂ ਗੱਲਾਂ ਦਾ ਪਰਦਾ ਰੱਖਦੇ ਹਾਂ ਕਈ ਵਾਰੀ ਗੱਲ ਮੂੰਹੋਂ ਨਿਕਲ ਜਾਂਦੀ ਅਸੀਂ ਕਹਿੰਦੇ ਓਹੋ ਬੱਚੇ ਸਾਹਮਣੇ ਨਹੀਂ ਕਹਿਣੇ ਸੀ ਹੈ ਨਾ ਅਰਸ਼ ਕਿਉਂਕਿ ਬੱਚੇ ਬਹੁਤ ਛੋਟੇ ਹੁੰਦੇ ਆ ਉਹਨਾਂ ਦੇ ਮਨ ਦੇ ਵਿੱਚ ਜੋ ਭਾਵਨਾਵਾਂ ਹੁੰਦੀਆਂ ਉਹ ਬੜੀ ਪਵਿੱਤਰ ਹੁੰਦੀਆਂ ਔਰ ਜਦੋਂ ਗੱਲ ਕਰਦੇ ਹਾਂ ਅਸੀਂ ਪੰਜਾਬੀਅਤ ਦੀ ਤਾਂ ਬੱਚਿਆਂ ਨੂੰ ਆਪਣੀ ਮਾਂ ਬੋਲੀ ਦੇ ਨਾਲ ਜੋੜਨ ਦਾ ਜ਼ਿੰਮਾ ਤੁਹਾਡਾ ਹੈਗਾ ਔਰ ਤੁਹਾਡੇ ਨਾਲ ਨਾਲ ਗੈਟ ਪੰਜਾਬੀ ਟੀਵੀ ਦਾ ਹੈਗਾ ਮੈਂ ਠੀਕ ਕਹਿ ਰਹੀ ਹਾਂ ਅਰਸ਼ਦੀਪ ਲਓ ਜੀ ਅਰਸ਼ਦੀਪ ਨੇ ਵੀ ਸਾਨੂੰ ਹਾਂ ਕਰ ਦਿੱਤੀ ਅਰਸ਼ਦੀਪ ਨੇ ਇੱਕ ਕਾਲ ਲੈ ਲਈ ਹੈ ਹਾਂਜੀ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ ਹੁਣ ਤੁਸੀਂ ਗੱਲ ਕਰੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਨੈਕਸਟ ਕਾਲ ਲੈ ਲੈਂਦੇ ਹਾਂ ਅਰਸ਼ਦੀਪ ਪਤਾ ਕੀ ਹੁੰਦਾ ਕਈ ਵਾਰੀ ਨਾ ਟੀਵੀ 'ਤੇ ਆਵਾਜ਼ ਸੁਣਨ ਲੱਗ ਜਾਂਦੇ ਆ ਫਿਰ ਉਹ ਫੋਨ 'ਤੇ ਗੱਲ ਨਹੀਂ ਹੋ ਸਕਦੀ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਤੁਸੀਂ ਕੌਣ ਬੋਲ ਰਹੇ ਹੋ ਜੀ ਮੈਂ ਜਸਲੀਨ ਬੋਲ ਰਹੀ ਹਾਂ ਅੰਟਾਰੀਓ ਤੋਂ ਹਾਂਜੀ ਕੀ ਹਾਲ ਹੈ ਜਸਲੀਨ ਜੀ ਮੈਂ ਠੀਕ ਹਾਂ ਤੁਸੀਂ ਕਿਵੇਂ ਹੋ ਬਿਲਕੁਲ ਠੀਕ ਸੋ ਤੁਸੀਂ ਹੁਣ ਸਾਡੀ ਅਰਸ਼ਦੀਪ ਨਾਲ ਗੱਲ ਕਰੋਗੇ ਓਕੇ ਜੀ ਕਰੋ ਜਸਲੀਨ ਗੱਲ ਹੈਲੋ ਹਾਈ ਹਾਈ ਆਈ ਜਸਟ ਵਾਂਟ ਟੂ ਵਿਸ਼ ਯੂ ਗਾਇਜ਼ ਹੈਪੀ ਨਿਊ ਇਅਰ ਥੈਂਕ ਯੂ ਯੂ ਟੂ ਓਹ ਇਟਸ ਓਕੇ So wish you a very, very happy new year, Jasleen. Thank you so much. You're welcome. Sat Sri Akal ji. Sat Sri Akal ji. Ji, kaun gal kar rahe ho? Nave saal di mubarakah. Bahut bahut shukriya ji, tuhanu vi. Ki naam hai tuhada? Mera naam Supna Ampal. Haan ji. ਬਹੁਤ ਖੁਸ਼ੀ ਆ ਤੁਹਾਡਾ ਪ੍ਰੋਗਰਾਮ ਦੇਖ ਰਹੀ ਸੀ ਕਾਫੀ ਦੇਰ ਦੇ ਫੋਨ ਮਿਲਾ ਰਹੀ ਸੀ ਹਾਂਜੀ ਸਾਹਮਣੇ ਬੇਟੀ ਛੋਟੀ ਬੇਟੀ ਆ ਹਾਂਜੀ ਵੱਡੀ ਬੇਟੀ ਬੇਟੀ ਆ ਹਾਂਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਉਮੀਦ ਕਰਦੇ ਹਾਂ 2014 ਤੁਹਾਡੇ ਲਈ ਬਹੁਤ ਵਧੀਆ ਆਏ ਔਰ ਆਉਣ ਵਾਲੇ ਸਾਰੇ ਸਾਲ ਬਹੁਤ ਵਧੀਆ ਆਣ ਸਤਿ ਵਚਨ ਜੀ ਗੁਰੂ ਦਾ ਵਚਨ ਤੁਹਾਡੇ ਚ ਬੋਲ ਰਿਹਾ ਆ ਤੁਹਾਡੇ ਚ ਪਰਮਾਤਮਾ ਦੀ ਜੋਤ ਆ ਤੁਸੀਂ ਹੀ ਬੋਲ ਰਹੀ ਹੋ ਨਹੀਂ ਨਹੀਂ ਬਹੁਤ ਇੰਨਾ ਉੱਪਰ ਦਰਜਾ ਨਹੀਂ ਦੇਣ ਦੀ ਜ਼ਰੂਰਤ ਅਸੀਂ ਬਹੁਤ ਗਲਤੀਆਂ ਦੇ ਪੁਤਲੇ ਹੈਗੇ ਹਾਂ ਬਸ ਪਿਆਰ ਦੇ ਕੇ ਰੱਖੋ ਔਰ ਅਸੀਂ ਤੁਹਾਡੇ ਉਸ ਪਿਆਰ 'ਤੇ ਤੁਹਾਡੀਆਂ ਦੁਆਵਾਂ ਦੇ ਨਾਲ ਅਸੀਂ ਹੋਰ ਟੀਵੀ ਚੈਨਲ ਦੇ ਜਿਹੜੇ ਪ੍ਰੋਗਰਾਮਸ ਹੈਗੇ ਉਹਨਾਂ ਦੇ ਰਾਹੀਂ ਤੁਹਾਡੇ ਨਾਲ ਹਰ ਰੋਜ਼ ਜੁੜਾਂਗੇ ਇਸ ਦਾ ਵਾਅਦਾ ਕਰਦੇ ਹਾਂ
बहुत सोना प्रोग्राम है बेटे, मैं रोज देख रही हूं। जी बहुत बहुत शुक्रिया, थैंक यू सो मच, थैंक यू। बिल्कुल ठीक जी, सेम टू यू, थैंक यू। हाँ जी, गेट पंजाबी टीवी ते अज खास प्रोग्राम तुसी वेख रहे हैगे हो, 2013 नू असी अलविदा कह रहे हैं, बाय बाय कह रहे हैगे। दिल दे विच गल्लां बहुत हैगियां ने, समा बहुत थोड़ा जिहा, पर जे जी गेट पंजाबी टीवी दे हर दर्शक ने सानू भरपूर प्यार दिता है, सहयोग दिता है, और टीवी चैनल नू प्यार दे के प्रोग्राम्स वेखदे आ, कॉल करदे आ, उस सारे ही दर्शक बहुत खास ने। कुछ जो सानू फोन करके साढ़े तक पहुँच जाते हैं, पर कुछ एक अजिहे ने जो शायद फोन कॉल नहीं करते, सिर्फ प्रोग्राम वेखते ने। सो सारियां नू थैंक यू, बहुत बहुत तुहाडा दिलों धन्यवाद। कुछ दर्शकों ने विशेष भेजिया हमने सानू मिलिया है, आओ वेखते हैं। मैं ब्रेक सिंह प्रकाश सैकमान कैलिफोर्निया तो, गेट पंजाबी के सारे दर्शकों नवे साल दियां बहुत बहुत मुबारक दिंदा। मैं अरदास करदा हां कि नवा साल सारिया लई खुशियां भरा आवे। गेट पंजाबी चैनल ते प्रोग्राम कुछ तेरिया कुछ मेरिया जो रिची प्रोग्राम लैके आउंदे हन वह बहुत वधिया परिवारक प्रोग्राम है। मैं अपने ते अपने परिवार वालों गेट पंजाबी दी सारी टीम नू नवे साल दियां लख लख वधाइयां देना। थैंक यू जी। मैं दविंदर कनेक्टिकट तो, मैनू तुहाडा प्रोग्राम बहुत चंगा लगदा हैगा, मैं तुहाडा प्रोग्राम हर रोज देखदी हां, ते तुसी सानू बहुत कुछ सिखांदे हो, हर रोज नवे नवे प्रोग्राम लैके आंदे हो, ते सानू बहुत कुछ सिखण नू मिलदा हैगा। ते मैं वाहिगुरू अगे ही अरदास करदी हां कि तुहानू हमेशा इहदी रब चढ़दी कला दे विच रखे, ते अपने वालों मैं अपने परिवार वालों अपने सारे व्यूअर्स नू सुनदिआं नू देखदिआं नू नवे साल दियां बहुत बहुत मुबारकां दिंदी हां सारिआं वास्ते। नवा साल खुशियां भरिआ चढ़े, सब नू रब सेहत जिंदगी देवे, सब अपने अपने घर खुश रहन। सत श्री अकाल जी। मैं रशपाल परहार सैक्रामेंटो कैलीफोर्निया तो बोल रही हाँ। मैं अपने ते अपने सारे परिवार वालों सारिआं नू नवे साल दियां बहुत बहुत मुबारकां दिंदी हाँ, ते मैं ही अरदास करदी हाँ कि इह साल सारिआं लई खुशियां भरिआ आवे। तो इस दे नाल ही नाल मैं रीत जी का भी बहुत बहुत धन्यवाद करती हाँ, जिन्होंने सानू गेट पंजाबी टीवी दे शो कुछ तेरिया कुछ मेरिया नाल जोड़िया है। ये प्रोग्राम एक परिवारक प्रोग्राम है, इस प्रोग्राम तो सानू बहुत कुछ सीखने लई मिलता है। तो मैं एक बार फिर रीत जी नू यही कहना चाहवागी कि वह इदा दे शो साडे लई लैके आते रहन, ते गेट पंजाबी टीवी दे शो नू सिखरां ते पहुँचा देन। ते एक बार फिर मैं अपने वालों ते अपने सारे परिवार वालों गेट पंजाबी टीवी दी समुची टीम नू बहुत बहुत बधाई देंदी हां। दोस्तों सोडी रानीपुर वालों तुहानू सारे नू जी आया, यूट्यूब वेखदे सारे दर्शकों नू मेरे वालों सत श्री अकाल। मैं बहुत बहुत धन्यवाद करता हाँ गेट पंजाबी की पूरी टीम का, मेरी छोटी भैन रीता जिन्होंने कि एक शो पंजाबी शो कुछ तेरिया कुछ मेरिया आप सब दी रूबरू किया। असी सारे मैं और मेरे दोस्त अजय दीपक मेली कुलदीप असी सारे मिलके शो देखते हैं और सानू बहुत पसंद आता है। और मैं तो सारियां नू मुबारकबाद दिंदा हाँ नवे साल दियां बहुत बहुत मुबारक। उम्मीद करता हाँ कि पूरे पंजाबियों वास्ते पूरी पंजाबी वास्ते और पूरी दुनिया वास्ते सन 2014 खुशियां दे घड़े लेके आवे। धन्यवाद। गेट पंजाबी देख रहे सारे ही दर्शकों नू मेरे वालों राणा मतवल्लू वालों प्यार भरी सत श्री अकाल, नवे साल दियां लख लख बधाइयां। जो प्रोग्राम कुछ तेरिया कुछ मेरिया रीत जी लैके आउंदे हन ये अपने आप विच एक वक्रा ही प्रोग्राम है। असी सारे ही परिवार दे इंतजार करदे हाँ रीत जी दा प्रोग्राम कदों आवे। प्रोग्राम पेश करन दा एक अपना ही वक्रा अंदाज है, नाल सानू इन्हां ने एक परिवारक रिश्ते वांग ही बना लिया है। मैं वाहिगुरू अगे अरदास करदा हाँ कि यह प्रोग्राम कुछ तेरिया कुछ मेरिया आत्मा करे ये हमेशा हमेशा लई प्रोग्राम वधिया अते होर भी तरक्की करे। दोबारा फिर मैं सारी टीम गेट पंजाबी दी नू अपने वालों अपने परिवार वालों नवे साल 2014 की लख लख बधाई दिंदा हाँ। सत श्री अकाल जी। वेलकम जी, वेलकम बैक। किन्ने दर्शकों ने सानू ईमेल्स भी कीतिया सीगियां, सारियां नू बहुत बहुत शुक्रिया, थैंक यू थैंक यू थैंक यू सो मच। अच्छा विशेष तो मैनू याद आया अर्शदीप, बर्थडे विशेष किसी का जन्मदिन हैगा किसी की एनिवर्सरी हैगी है, उन्होंने विश करिए। हाँ जी,
आज मेरा मामी जी का बर्थडे है एंड आई लाइक टू टेल यू हैप्पी बर्थडे मामी जी। मामी जी किथे रहंदे हैं? कैलिफोर्निया। और मामी जी का की नाम है? दिलप्रीत। वाह जी वाह। कैलिफोर्निया केड़ी जगह रहंदे हैं? रिवरसाइड। वाह जी वाह। मैं दस दिया मामी जी नू पता चल जाए कि मामी जी की जड़ी बच्ची हैगी उन्हें याद रखिया हैगा और विश किया है। सो थैंक यू अर्शदीप, तुसी याद रखिया और मेरी गल नू कंप्लीट कर दिता। थैंक यू सो मच। प्यारे दर्शकों, गेट पंजाबी टीवी एक सिख और सिखी और पंजाबीयत दे नाल नाल हर धर्म दे नाल जुड़िया। कोई भी प्रोग्राम, कोई भी धार्मिक उपराला किसी भी जगह पर, अमरीका दे, कनेडा दे, किसी भी कोने पर हो रहा हैगा, गेट पंजाबी टीवी ने उत्थे पहुँचना हैगा। उस दे लई तुसी सानू कॉन्टैक्ट कर सकते हो, ईमेल कर सकते हो, दस सकते हो, क्योंकि हुण हर कोई टीवी दे राही अपने सुनेहे देना चाहता है। एम आई राइट अर्शदीप? हाँ जी। तुसी टीवी देखते हो? हाँ जी। है ना, ते फिल्म्स भी देखते हैं, आप गाने भी सुनते हैं, पर सब तो ज्यादा की आप मूवीज देखते हैं। हाँ जी। नहीं, मूवीज मतलब थिएटर दे विच। हाँ जी। कि ज्यादा टीवी देखते हैं? टीवी देखिया, ज्यादा टीवी देखते हैं असि। सो अर्शदीप ने भी सानू एक गल कहती जिसनों की बिल्कुल एकदम कुछ नहीं सिखाया होया, एकदम ट्रांसपेरेंट है, एकदम बिल्कुल ओरिजिनल स्क्रिप्ट है, असी कुछ प्रिपेयर नहीं किया हैगा। राइट अर्शदीप? हाँ जी, एकदम स्पॉन्टेनियस। सो अर्शदीप कुछ कुछ थैंक्स कह रहे सी, तुसी कुछ कुछ तुसी कहना चाहते सीगे। हाँ जी, ऑन द बिहाफ ऑफ माय डैड एंड थैंक्स टू ऑल द व्यूअर्स हु आर लविंग एंड सपोर्टिंग गेट पंजाबी एंड देयर एंड आवर टीवी एंड कीप ऑन वाचिंग गेट पंजाबी एंड आल्सो स्पेशली थैंक्स टू गोनी बीर जी हु इज हेल्पिंग आवर टीवी अ लॉट। सो नाइस। हाँ जी गोनी जी, थैंक यू सो मच। इदा ही रहो हंसते मुस्कुराते। ओके, 2014 के उम्मीद करते हैं कि कहें ना, स्माइल अलॉट, इट कॉस्ट नथिंग, राइट? एंड आई डोंट अंडरस्टैंड अर्शदीप, मैं समझ नहीं आता, कई बार लोग स्माइल भी नहीं करते, उन्होंने की करना चाहिए? यू शुड लाइक, मतलब तुम्हें चंगा लगेगा कि बींग अ लिटल प्रिंसेस कि कोई तुम्हें स्माइल भी नहीं कर रहा? नहीं ना। सो की कहना चाहते हो तुम सारे? Usually, like, when a person say if it's lonely or anything and you don't smile to that person, the person would feel that you don't like him or her and would feel more uncomfortable. So if you smile to them, they'd feel lots of comfort. Dekhya, samajh aa gaya tuhanu? Je tusi kisi de naal muskura ke gal nahi karde te duje bande nu changa nahi lagda. Theek hai? So is karke kisi nu eh vi nahi ki har ek de naal hi smile karan lag jao tusi. है ना, वो भी नहीं चंगा लगेगा। पर हाँ, जिसनों तुसी जानते हो, उस दे नाल अपनी दिन की शुरुआत तुसी एक हल्की जी मुस्कुराहट दे नाल करूंगे। तो मेरे ख्याल तो 2013 और 2012 और पिछले सालों के जिन्ने गिले शिकवे है गया, वो दूर हो जाएंगे। यू अंडरस्टैंड गिले शिकवे? वेरी नाइस, गिले शिकवे अंडरस्टैंड करते हैं अर्शदीप। सो इस करके जी कहन दा मतलब यही हैगा, मकसद यही हैगा कि जे तुसी गेट पंजाबी दे व्यूअर हैगे हो ते गेट पंजाबी टीवी नू दे विच तुसी होर आन वाले साल दे विच 2014 दे विच केड़े प्रोग्राम्स तुसी वेखना चाहते हो, केड़े प्रोग्राम्स तुहानू बहुत पसंद आए और किवें दे प्रोग्राम्स तुसी वेखना चाहते हो, इस दे बारे तुसी सानू ईमेल कर सकते हो info.us@getpunjabi.tv। मैं गलत तो नहीं दस्या? इज इट info.us@getpunjabi.tv? yeah, info, it says info.us@getpunjabi.tv, right? So info.us@getpunjabi.tv ते 2014 दे विच की कुछ वापर रहा है और की कुछ तुसी प्लान कर रहे हो, किड़ा इवेंट तुहाडी नज़र दे विच टीवी चैनल ते विखाण वाला हैगा और गेट पंजाबी टीवी ते विखाण वाला है, उस दे लई तुसी हुणे ही तैयार हो जाओ, लिस्ट बना लो और सानू ईमेल करो भी कैलेंडर बुक हो चुके ने, मार्क हो चुके ने, फिर तुसी शिकायत करनी है कि असी तुहानू इनफॉर्म कीता सीगा और तुसी उदन जिहड़ा साडा प्रोग्राम लेट कर दिता या कोई होर वजह हो गई। सो 2014 पूरा साल हले पिया हैगा, कुछ दिन थोड़े कोल हैगे आ, तुसी सानू कॉन्टैक्ट कर सकते हो, दस सकते हो, कोई भी खास इवेंट जेकर तुसी चाहते हो गेट पंजाबी टीवी दे राही घर घर तक पहुँचाया जाए, असी उस दे लई जरूर थोड़े तक पहुँचोंगे। और 2014 दे विच ते साडे कोल बहुत कुछ है तुहानू दिखाउण वास्ते,
बहुत कुछ है ना अर्शदीप। हाँ जी। बच्चों के नवे प्रोग्राम शुरू किए जाएंगे, यूथ के लिए नवे प्रोग्राम शुरू किए जाएंगे, कुकरी के नवे प्रोग्राम, कुकिंग कुकिंग चेरी आंटी कुकिंग करती हैगी है, तुहाडे घर आवांगी मैं और देखांगी कि तुसी की बनाते हैगे हो। पता चलना चाहिए भी फोन से जो मर्जी गल कर लो तो पता नहीं चलता है ना। हाँ फोन से कोई शक्ल थोड़ी नज़र आती हैगी, या तो अपनी फोटो भेजो है ना, या तो सानू दसो तुसी। सो इस करके आने वाला साल 2014 बहुत खास होने वाला है जी। सत श्री अकाल, कौन गल कर रहे हो? सत श्री अकाल जी। ओके दस दियो तुसी। रीत। हां जी, हां जी। रीत सुनाओ की हाल है? हैप्पी न्यू ईयर। थैंक यू सो मच। जांदे जांदे 2013 दे विच केड़ा गाना तुसी सुनाना चाहते हो, फिर 2014 दे विच गाने गावांगे। मैंने भी फसाया सी इदा ही। हां मतलब साडा बोल बोल के गला ना खराब होवे, ओ वी लाइव ते है ना आर्श। हां जी। ए ता फेयर जी नहीं लग रही मेनू गल। रीत चलो चलो चलो, फ्राइडे जरूर सुनाऊंगी। चलो फ्राइडे ते देख लेने आ। सो बहुत बहुत शुक्रिया रीत, थैंक यू सो मच फॉर वॉचिंग गेट पंजाबी टीवी। और मम्मी नु भी तुसी साडे वालों सत श्री अकाल कहो, नवा साल मुबारक। ओके ओके ओके, थैंक यू जी। सत श्री अकाल, कौन बोल रहे हो? हेलो 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 जी। I'm from Queen Court. Hanji. New Year's. Mm-hmm. Hello? 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 Hanji, kaun bol rahe ho tusi? Hanji, sat sri kaal ji, sari ji. Sat sri kaal ji, sat sri kaal. बिलकुल ठीक जी, तुसी सुनाओ। बच्ची ने गल कीती सीगी। हां जी असि भी ठीक, मेरी पोती ने मिलाया सी नंबर ते ओ शर्म गई ते ऊपर बैठ गई। अच्छा अच्छा अच्छा, की नाम है पोती दा? हां जी नाम प्रवलीन कौर वा जी। ठीक है। हां जी तुसी भी जलंधर दे हो? असि भी जलंधर दे हां। वाह जी वाह, जलंधर दे सी जी। So, बिल्कुल ठीक है जी। 2013 बीत गया, 2014 वाला है रात में। हां जी थानू बहुत बहुत मुबारक, खुशियां भरिया चढ़े। बिल्कुल ठीक जी, थानू भी सारिया नू बहुत बहुत मुबारक। सो बहुत बहुत शुक्रिया जी। जांदे जांदे कुछ सुनाना चाहते हो तुसी? मैं माफी चाहनी हां, शायद आवाज भी चो क्लियर नहीं आ रही। चॉइस करके जी देखते हैं जी कौन गल कर रहे हैं। सत श्री अकाल जी। हेलो हेलो। हाँ जी सत श्री अकाल। सत श्री अकाल जी। जी तुसी कौन बोल रहे हो? मैं अर्श दी नानी बोल रही हूं। ओके अर्श दे फेस दे एक्सप्रेशन चेंज हो गए कि नानी। और तुसी देखो की अर्श दा कॉन्फिडेंस, मैं मतलब दाद देनी आ कि अर्शदीप नू असी कुछ नहीं सिखाया, कुछ नहीं दसिया, जो कुछ भी है सिर्फ इत्थे आके वो गल कर रही है। किन्नी कमाल दी गल है। बहुत वधिया। हां जी तुसी बहुत वधिया, तुमने बहुत वधिया काम कर दिया कुड़ियां। तेरे मैं अज पहली बार देखे। हां जी हुणे लवाया, मेरे बेटे ने मेनू गेट पंजाबी हुणे लवा के देता, जो मैं कह भी गेट पंजाबी जरूर लवाओ क्योंकि मैं देखा करना। सो नाइस। हां जी लवाया नी, मैं तेनु अज पहली बार देखे। सो नाइस, बहुत सोहनी है तुसी पुत्र। थैंक यू सो मच, थैंक यू। बस इस तरह जी, जिस तरह साढ़े टीवी चैनल दे नाल तुसी बुजुर्ग बच्चे नाल नाल जुड़ोगे, असी होर ज़्यादा सानू हौसला मिलता है, सानू होर ज़्यादा कुछ नवा करन दी जड़ी है वो
सोच आंदी है साडे मन दे विच कि सारयां नू नाल लेके चलना है। हां जी, सो अर्श नानी नाल गल करो। ਸੋਰਨੀਆਂ ਦੇ ਵਿੱਚ ਸਾਰਿਆਂ ਨੇ ਗੈਟ ਪੰਜਾਬੀ ਲਵਾਇਆ ਹੋਇਆ, ਸਾਰੇ ਦੇਖਦੇ ਨੇ ਤੇ ਮੈਨੂੰ ਦੱਸਣਗੇ ਫਿਰ ਵੀ ਅੱਜ ਆਹ ਪ੍ਰੋਗਰਾਮ ਹੈ। ਮੈਂ ਵੀ ਹੁਣ ਰੋਜ਼ ਦੇਖਦੀ ਹਾਂ, ਕਈ ਦਿਨ ਹੋ ਗਏ ਤੁਹਾਡੇ ਸਾਰੇ ਪ੍ਰੋਗਰਾਮ, ਬਾਬਾ ਜੀ ਆਉਂਦੇ ਨੇ ਸਾਰੇ ਹਨਾ, ਕਿ ਧਰਮ ਦਾ ਸਾਰਾ ਦੇਖੀਦਾ ਹਨਾ। ਹਾਂਜੀ, ਸੋ ਅਰਸ਼ ਨਾਨੀ ਨਾਲ ਗੱਲ ਕਰ ਲਓ। ਹੈਲੋ ਹੈਲੋ ਅਰਸ਼ੀ, ਹੈਲੋ ਨਾਨੀ ਜੀ, ਸਤਿ ਸ੍ਰੀ ਅਕਾਲ। ਦੁੱਗਣੀ ਤਰੱਕੀ ਕਰੇ, ਠੀਕ ਹੈ ਕਿ ਨਹੀਂ, ਚਲਦੀ ਕਲਾ ਚ ਰੱਖੇ ਸੱਚੇ ਪਾਤਸ਼ਾਹ। ਬਹੁਤ ਵਧੀਆ ਪ੍ਰੋਗਰਾਮ ਨੇ ਤੁਹਾਡੇ, ਤੇ ਅੱਜ ਤੋਂ ਟੀਵੀ ਤੇ ਆਈ, ਮੈਨੂੰ ਬਹੁਤ ਵਧੀਆ ਲੱਗੀ ਹੈ ਨਾ, ਸਾਰੀ ਕੁੜੀਆਂ ਸਹਿਰੀ, ਦੂਜੀ ਕੁੜੀ ਦਾ ਮੈਂ ਨਾਂ ਨੀ ਯਾਦ ਹੈਗਾ, ਸਾਰੇ ਬਹੁਤ ਵਧੀਆ ਨੇ ਹਨਾ। ਤੇ ਮੈਂ 2 ਘੰਟੇ ਹੋ ਗਏ ਤੁਹਾਡਾ ਟੀਵੀ ਪ੍ਰੋਗਰਾਮ ਦੇਖ ਰਹੀ ਹਾਂ, ਤੇ ਮਤਲਬ 10:30 ਦੀ ਬੈਠੀ ਮੈਂ। ਮੈਂ ਕਿਹਾ ਵੀ ਚੱਲ ਮੈਂ ਤਾਂ ਅੱਜ ਗੱਲ ਕਰੂੰਗੀ ਨਿਆਣਿਆਂ ਨਾਲ ਜ਼ਰੂਰ, ਹਨਾ। ਥੈਂਕ ਯੂ ਸੋ ਮਚ, ਥੈਂਕ ਯੂ। ਬਸ ਏਦਾਂ ਹਮੇਸ਼ਾ ਆਪਣੀ ਬਲੈਸਿੰਗਸ ਤੇ ਪਿਆਰ ਬਣਾ ਕੇ ਰੱਖਿਓ। ਅੱਛਾ ਜੀ, ਥੈਂਕ ਯੂ ਸੋ ਮਚ। ਸੋ ਕਿੱਦਾਂ ਲੱਗਿਆ ਨਾਨੀ ਦੇ, ਐਕਸਪੈਕਟਡ ਸੀਗਾ? ਨਹੀਂ ਨਾ, ਇੱਕਦਮ ਕਾਲ ਆ ਗਈ। ਮਾਈ ਗੋਡ, ਇਸ ਤਰ੍ਹਾਂ ਮੇਰੇ ਨਾਲ ਹੀ ਹੋਇਆ ਸੀ ਜਦੋਂ ਅਸੀਂ ਮਦਰਸ ਡੇ ਸਪੈਸ਼ਲ ਕੀਤਾ ਸੀਗਾ, ਔਰ ਸਵੇਰੇ 8 ਵਜੇ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਸੀ ਅਰਸ਼, ਔਰ ਅਸੀਂ ਸਿਰਫ 1 ਘੰਟੇ ਦਾ ਪ੍ਰੋਗਰਾਮ ਕਰਨਾ ਸੀਗਾ, ਔਰ ਉਹ ਪ੍ਰੋਗਰਾਮ ਮਦਰਸ ਡੇ ਸਪੈਸ਼ਲ ਇੰਡੀਆ ਵੀ ਗਿਆ ਸੀ, ਔਰ ਮੈਨੂੰ ਪਤਾ ਹੈ ਕਿ ਉਹ 1 ਘੰਟੇ ਦਾ ਪ੍ਰੋਗਰਾਮ ਸਾਨੂੰ 2 ਘੰਟੇ ਲਾਈਵ ਕਰਨਾ ਪਿਆ ਸੀ। ਹਾਂਜੀ, ਯੂ ਰਿਮੈਂਬਰ? ਯਾ, ਸਾਰਿਆਂ ਦੀ ਫੋਟੋਗ੍ਰਾਫਸ ਵਿਖਾਈਆਂ ਸੀ ਅਸੀਂ, ਹੈ ਨਾ? ਓਕੇ, ਬੜੀਆਂ ਖੱਟੀਆਂ ਮਿੱਠੀਆਂ ਯਾਦਾਂ ਜੁੜੀਆਂ ਨੇ, ਜਿੰਨੀਆਂ ਸੋਚਾਂ ਓਨੀਆਂ ਘੱਟ ਹੈਗੀਆਂ। ਸੋ ਉਹਨਾਂ ਯਾਦਾਂ ਨੂੰ ਅਲਵਿਦਾ ਤਾਂ ਨਹੀਂ, ਉਹ ਦਿਮਾਗ ਦੇ ਵਿੱਚ ਹਮੇਸ਼ਾ ਰਹਿਣਗੀਆਂ, ਉਹ ਸੰਜੋਈਆਂ ਹੋਈਆਂ ਨੇ, ਉਹ ਹਮੇਸ਼ਾ ਸਾਰੀ ਜ਼ਿੰਦਗੀ ਨਾਲ ਰਹਿਣਗੀਆਂ। ਸੋ ਉਹਨਾਂ ਗੱਲਾਂ ਬਾਤਾਂ ਦੇ ਨਾਲ ਨਾਲ 2013 ਖਤਮ ਹੋਣ ਜਾ ਰਿਹਾ, 2014 ਦਾ ਜਿਹੜੀ ਹੈ ਸ਼ੁਰੂਆਤ ਕਰ ਰਹੇ ਹਾਂ, ਔਰ ਇਸ ਦੇ ਨਾਲ ਹੀ ਛੋਟਾ ਜਿਹਾ ਬ੍ਰੇਕ ਦੇ, ਇਜਾਜ਼ਤ ਦੇ ਦਿਓ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ, ਆਈ ਵਾਂਟ ਟੂ ਵਿਸ਼ ਐਵਰੀਬਾਡੀ ਅ ਹੈਪੀ ਨਿਊ ਈਅਰ ਫਰੋਮ ਗੈਪ ਪੰਜਾਬੀ ਟੀਮ, ਆਲ ਕੈਨ ਸੋ ਹੀ ਫੈਮਲੀ। ਵੀ ਆਲ ਸ਼ੁੱਡ ਸੈਲੀਬ੍ਰੇਟ ਨਿਊ ਈਅਰ ਟੁਨਾਈਟ ਬਾਈ ਗੋਇੰਗ ਟੂ ਦਾ ਗੁਰਦੁਆਰਾ ਸਾਹਿਬ। ਸਤਿ ਸ਼੍ਰੀ ਅਕਾਲ। ਇਤਿਹਾਸ ਦੇ ਪੰਨੇ ਖੋਲੋ ਜੀ, ਆਓ ਸਾਰੇ ਅੱਖਾਂ ਖੋਲੋ ਜੀ, ਜਿੱਥੇ ਲਾਲ ਚਿਨੇ ਸੀ ਨੀਹਾਂ ਵਿੱਚ, ਲਾਲ ਚਿਨੇ ਸੀ ਨੀਹਾਂ ਵਿੱਚ, ਉਹ ਕੰਧ ਵਿਖਾ ਕੇ ਲਿਆਵੋ, ਸਿੱਖੋ ਆਪਣੇ ਬੱਚਿਆਂ ਤਜਰਬੇਕਾਰ ਵਕੀਲਾਂ ਦੀ ਟੀਮ ਜਿਨ੍ਹਾਂ ਨੂੰ ਮਹਾਰਤ ਹਾਸਿਲ ਹੈ ਇਮੀਗ੍ਰੇਸ਼ਨ ਇੰਕਲੂਡਿੰਗ ਅਸਾਈਲਮ, ਡਿਪੋਰਟੇਸ਼ਨ ਡਿਫੈਂਸ, ਫੈਮਿਲੀ ਐਮਪਲੋਇਮੈਂਟ ਐਂਡ ਇਨਵੈਸਟਮੈਂਟ ਬੇਸਡ ਇਮੀਗ੍ਰੇਸ਼ਨ। ਇੱਥੇ ਹਰ ਤਰ੍ਹਾਂ ਦੇ ਕ੍ਰਿਮੀਨਲ ਕੇਸਿਸ ਜਿਵੇਂ ਵਾਇਲੇਸ਼ਨ, ਟੈਕਸੀ ਲਿਮੋਜ਼ਿਨ ਕਮਿਸ਼ਨ ਦੇ ਮਾਮਲੇ, ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਕਲੋਜ਼ਿੰਗ, ਡਾਇਵੋਰਸ ਕੇਸਿਸ, ਬਿੱਲ ਅਤੇ ਟਰਸਟ ਰਿਲੇਟਡ ਕੇਸਿਸ ਵੀ ਸੋਲਵ ਕੀਤੇ ਜਾਂਦੇ ਨੇ। ਕਲਾਇੰਟਸ ਦੀ ਸੁਵਿਧਾ ਲਈ ਸਾਡੀਆਂ ਬ੍ਰਾਂਚਿਸ ਹਰ ਮੇਜਰ ਟ੍ਰੇਨ ਲਾਈਨਸ ਦੇ ਨਜ਼ਦੀਕ ਹਨ। AJZE 4523। ਅਸੀਂ ਵੀਕਐਂਡ ਅਤੇ ਲੇਟ ਆਰ ਅਪਾਇੰਟਮੈਂਟ ਵੀ ਲੈਂਦੇ ਹਾਂ। ਅਸੀਂ ਬੋਲਾਂਗੇ ਤੁਹਾਡੀ ਬੋਲੀ, ਕੰਟੈਕਟ ਕਰਨ ਤੇ ਤੁਹਾਨੂੰ ਮਿਲੇਗਾ ਤੁਰੰਤ ਤਸੱਲੀ ਬਖਸ਼ ਰਿਸਪੌਂਸ। ਕੰਟੈਕਟ ਕਰਨ ਲਈ ਸਾਡੇ ਨੰਬਰਸ ਨੇ 888-24-7227 ਅਤੇ 917-728-0049।
only at Raj Jewels, Bansal Group. Jaspreet Singh, attorney at law. For all your immigration matters, asylum cases, deportation, family law, divorce, bankruptcy, entertainment visas, green card, etc., please contact the law offices of Jaspreet Singh. With over 15 years of experience, we have handled many critical cases. We have four offices conveniently located in New York, Fremont, Sacramento, and Fresno. For free consultation, please contact 718-533-8444, 510-657-6444, 559-271-5511, शुक्रिया लक्ष्मी, लोअर जीआई वैल्यू बासमती राइस फॉर पीपल विद डायबिटीज आया है। अब दादाजी को थोड़ी तो वैरायटी मिलनी चाहिए ना खाने में। दादाजी, दाल चावल जैसी तो दुनिया में कोई चीज ही नहीं, पर थोड़ी खीर भी मिल जाती तो। लक्ष्मी लोअर जीआई वैल्यू बासमती राइस है खास डायबिटिक्स के लिए। अब कम से कम लाइफ में खाने की खुशी मिलनी ही चाहिए ना। लक्ष्मी लोअर जीआई वैल्यू बासमती राइस, खास तौर पर डायबिटिक्स के लिए। चाय? ये सब तुम शाही पुलाव के लिए कर रहे हो ना? बना दो ना प्लीज। 49 साल से रोज यही तो खा रहे हो। श्री लाल महल है तो 49 साल कट गए, वरना 49 दिन भी काटने मुश्किल होते। जाओ, नहीं बनाती मैं तुम्हारा शाही पुलाव। बना दो ना प्लीज डार्लिंग। 49 के 50 भी तो करने हैं। गोल्डन जुबिली मनानी है ना। खुशबूदार लंबे दाने वाला श्री लाल महल एम्पायर बासमती राइस। दादी, वाओ, शाही पुलाव। लगता है इस बार दादाजी अपनी एनिवर्सरी नहीं भूले। क्यों? बिल्कुल नहीं भूला। श्री लाल महल एम्पायर बासमती राइस, खिले खिले दाने, खिले खिले आप। World Fair Marina presents the 10th annual New Year's Eve Blowout 2014. Music by DJ Rohit Singh and DJ Arjun. Call now 718-898-1200. Tax problem? No problem. Computex INC aao te apne taxan da masla suljao. Computex INC business ate personal income tax. Asi payroll and certified payroll taxes, MTA taxes, workers compensation, bookkeeping adi vi karde ha. Computex INC har vele tuhadi seva de vich hazir hai. 20 saalan da tajruba. We cover all 50 states. Asi Punjabi, Urdu ate hor vi bhasha bolde ha. Vadheri jankari layi sanu contact karo 718-371-5555, 718-426-5695. Breed Furniture of Punjab Nawashahar proudly announces their brand new showroom. Come and see variety of furniture for living room, dining room, bedroom, kids room, office furniture and more. Buy ready-made or custom-made, Breed Furniture can do it all. Te apni pasand ka furniture khareedo. Valinder Singh Jinwaj ji call karo 718-849-4530 or 917-774-8566. Breed Furniture. Apna Bazaar Cash and Carry, the biggest and the oldest grocery store in the town. For all your daily groceries, fresh produce, fruits and vegetables. More than 12,000 grocery items and produced at competitive prices. Apna Bazaar Cash and Carry. Ample free parking. Apna Bazaar, Edison, New Jersey. Maza, hey, you cool and juicy, hun, drop fresh, you see. Maza. Young or old, serve me a pinde, everyone get
वेलकम बैक जी, वेलकम रीत, कितने चली गई थी? जो तुसी सारे कह रहे सी भी रीत किथे गई, मैं क्या भी इन्ना सारा प्यार जिन्हां ने सानू खास बनाया उन्हां नू बाय कीते बिना, नवे साल दीआं वधाईआं दित्ते बिना मैं किवें जा सकदी हां? सो वापस आ गई। ऑफ कोर्स रीत, असी प्रोग्राम कठिया ने शुरू किया सीगा और बिल्कुल उस तरह ही कट्ठे ही प्रोग्राम जिहड़ा है वो अगले आने वाले समय दे विच भी करना हैगा। और जिंदगी दे विच उतार चढ़ाव जिहड़े तुसी देखिया कि गेट पंजाबी टीवी दे हर प्रोग्राम दे राही दर्शक खास तौर ते लाइव प्रोग्राम से राही साढ़े नाल जुड़दे हैगे आ, उन्हां दा बहुत बहुत धन्यवाद। रीत, जांदे जांदे तुसी कुछ कहना चाहुंदे हो? जांदे जांदे मैनूं लगदा एक बारी अपने दर्शकां नूं फिर दस दईए भी तुहानूं सारिआं नूं दस रहे आ, सिर्फ यही मकसद हैगा तुहानूं अपने इस बार फिर उस पिछोकड़ दे नाल जोड़न दा, उस पवित्र धरती दे नाल जोड़न दा जिहड़ा मौका सानूं मिल रहा है कि तुसीं उह किते फिर गवा ना दवो। सो 4 जनवरी दिन शनिवार राती 8 तों 11 बजे अते 5 जनवरी दिन इतवार शामी 4 तों 7 बजे तक फतेहगढ़ साहिब नगर कीर्तन वेखना ना भुलना। बिल्कुल ठीक, बहुत वधिया रीत। और इस दे नाल ही अज दे लाइव प्रोग्राम्स नू दे सिलसिले नू जारी रखते हुए अमरीका दे वख वख गुरु घरां तों राती 8:30 बजे तों लैके सवेरे 7 बजे तक सीधा प्रसारण कीर्तन दा विखाया जाएगा। उम्मीद करदी हाँ कि जिहड़े भी दर्शक गुरद्वारा साहिब दे विच मत्था टेकन जा रहे ने उहनां नू साडा जिहड़ा ऐ उपराला जिस दे विच 10.5 घंटे गेट पंजाबी दी टीम अपना योगदान पा रही हैगी है वो तुसी वेखोगे। सो इस दे नाल ही जी मैं गेट पंजाबी टीवी लई दित्ता अपना फर्ज निभा, मेरी रब अगे है बेनती इहनू लगे ना तत्ती वाह, इस दे नाल ही 2013 नू दिने आ अलविदा कहने आ। सो देओ इजाजत, कल मिलांगे कुछ तेरियां कुछ मेरियां दे नाल, सांझ दिलां दी। सत श्री अकाल।